ਵਾਹਿਗੁਰੂ ਵਾਹਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ 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 ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੂੰ ਹੋ ਸਭ ਰਾਜਨ ਕੇ ਰਾਜਾ ਤੂੰ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਣ ਕਰ ਕਿਰਪਾ ਕਰੋ ਮੋਏ ਦਾਸ ਜਾਣ ਕਰ ਕਿਰਪਾ ਕਰੋ ਹਰ ਪਰਮੈ ਆਨ ਦੁਆਰ ਤੋਹੇ ਹਰ ਪਰਮੈ ਆਨ ਦੁਆਰ ਤੋਹੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਬਾਬਾ ਜੀ ਧੰਨ ਕਲਗੀਧਰ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਸ਼ੀਰ ਸਿੰਘ ਹੋ ਧੰਨ ਭਗਤ ਪਿਆਰੇ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਬੱਚਿਆਂ ਨੂੰ ਆਪਣੀਆਂ ਸੰਗਤਾਂ ਨੂੰ ਜੋ ਘਰਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੀਆਂ ਚੰਦ ਸਰੀਰ ਇੱਥੇ ਹਾਜ਼ਰੀ ਭਰ ਰਹੇ ਸੰਗਤ ਰੂਪ ਗਰੀਬ ਨਿਵਾਜ ਜਪਜੀ ਸਾਹਿਬ ਜੀ ਦੇ ਪਾਠ ਜਪਈ ਸਾਹਿਬ ਪਾਠ ਕਥਾ ਕੀਰਤਨ ਸਤਸੰਗ ਦੇ ਸਮਾਗਮ ਆਰੰਭ ਕਰਨ ਦੀ ਆਗਿਆ ਬਖਸ਼ੋ ਆ ਵਿੱਚ ਬੈਠਣਾ ਅੰਗ ਸੰਗ ਸਹਾਈ ਹੋ ਕੇ ਨਿਰਵਿਘਨਤਾ ਸਹਿਤ ਕਾਰਜ ਰਾਸ ਕਰਨੇ ਪੈਜ ਰੱਖਣੀ ਆਗਿਆ ਬਖਸ਼ੋ ਜੋ ਜੀ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜਪ ਜੀ ਸਾਹਿਬ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸਚ ਬਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਜੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁਗਿਆ ਭੁੱਖ ਨਾ ਉਤਰੀ ਜੇ ਬਨਾ ਪੁਰੀਆਂ ਭਾਰ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ ਕਿਉਂ ਸਜਿਆਰਾ ਹੋਈਐ ਕਿਉਂ ਕੂੜੈ ਟੁੱਟੈ ਪਾਲ ਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਕਾਰ ਹੁਕਮ ਨਾ ਕਹਿਆ ਜਾ ਹੁਕਮ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜੇ ਬੁਝੇ ਤਾਂ ਹਉਮੈ ਕਹੇ ਨਾ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਸ ਜਾਣੇ ਨਿਸ਼ਾਨ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਕਥੀ ਨਾ ਆਵੇ ਤੋੜ ਕਦ ਕਦ ਕਥੀ ਕੋਟੀ ਕੋਟ ਕੋਟ ਹੁਕਮੇ ਹੁਕਮ ਚਲਾਏ ਰਾਖੋ ਨਾਨਕ ਵੇਖ ਸਾਹਿਬੇ ਪਰਵਾਹ ਸਾਚ ਨਾਏ ਭਾਖਿਆ ਭਾਓ ਭਾਖੈ ਮੰਗੈ ਦੇ ਦਾਤ ਕਰੇ ਦਾਤਾਰ ਰੱਖੀਏ ਜਿਸ ਜਿਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ ਸੱਚ ਨਾ ਹੋ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਜ਼ਰੀ ਮੋਹ ਦੁਆਰ ਜਾਣੀਏ ਸਭ ਆਪੇ ਸੁਚਾਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਅਤਨ ਪਾਇਆ ਮਾਂ ਨਾਨਕ ਗਾਵੀਏ ਗੁਣੀ ਨੀ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇਕ ਜੇ ਤੀ ਸਿਰ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਹੋਰ ਤੋ ਸੋਨੀ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ
ਜਸ ਕੀ ਰਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇਗੇ ਕਰ ਦੋਸੀ ਦੋਸਤ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਸੁਣੈ ਸਿੱਧ ਵੀਰ ਸੁਰਨਾ ਸੁਣੈ ਧਰਤ ਤਵਰ ਆਕਾਸ਼ ਸੁਣੇ ਕੋਈ ਨਾ ਸਕੇ ਕਾ ਨਾਨਕ ਭਗਤਾਂ ਸਦਾ ਵਿਗਾ ਸੁਣੈ ਦੁਖ ਪਾਪ ਕਾ ਨਾਸ ਸੁਣਿਆ ਜੋਗ ਜਗਤ ਤਨ ਤੇ ਸੁਣਿਆ ਸਾਤ ਸਿਮਰਤ ਵੇਦ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਜੇ ਕੋ ਕਹੇ ਭਜੇ ਪਜਤਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਬੁੱਧ ਮਨੇ ਸਗਲ ਭਾਨ ਕੀ ਮਨੇ ਮੋਹ ਜੋਟਾ ਨਾ ਖਾਏ ਮਨੇ ਜਮ ਕੇ ਸਾਧ ਨਾ ਜਾਏ ਨਾਮ ਨਿਰੰਜਨ ਹੋਏ ਮਨੇ ਮਾਰਗ ਠਾਕ ਨਾ ਪਾਏ ਮਨੇ ਪਾਸਿਓ ਪ੍ਰਗਟ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਰਵਾਰੇ ਸਦਾ ਮਨੇ ਤਰੇ ਤਾਰੇ ਗੁਰਸਿੱਖ ਮਨੇ ਨਾਨਕ ਭਵੇ ਨਾ ਭਿੱਖ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਸੋਹੇ ਦਰਾ ਜਾਨ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕੇ ਕਰਨੇ ਨਾਹੀ ਸ਼ੁਮਾਰ ਜੇ ਕੋ ਬੁਝੇ ਹੋਵੇ ਸਚਿਆਰ ਧਵਲੇ ਉੱਪਰ ਕੇ ਤਾ ਭਾਰ ਨਾਮ ਸਭਨਾ ਲਿਖਿਆ ਬੁੜੀ ਕਲਾਮ ਲਿਖਿਆ ਕੀਤਾ ਦਾਨ ਰੂਪ ਕੇ ਤੀ ਦਾਸ ਜਾਣੇ ਕੁਣ ਕੂਤ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਸੰਗ ਜਪ ਸੰਗ ਭਾਓ ਸੰਗ ਪੂਜਾ ਸੰਗ ਤਪ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀਆ ਸੰਗ ਦਾ ਤਾਰ ਸੰਤ ਮੋਹ ਲਾਏ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਸੰਘ ਮੂਰਖ ਅੰਧ ਘੋਰ ਸੰਘ ਚੋਰ ਹਰਾਮ ਖੋਰ ਸੰਘ ਪਾਪੀ ਪਾਪ ਕਰ ਜਾਏ ਸੰਘ ਕੁੜਿਆਰ ਕੂੜੇ ਫਿਰ ਆਏ ਨਾਨਕ ਨੀਚ ਗਏ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਅਸੰਖ ਨਾਮ ਸੰਘ ਥਾਂ ਗਮ ਗਮ ਸੰਖ ਲੋਏ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜੇਤਾ ਕੀਤਾ ਦੇਤਾ ਨਾ ਹੋਵੇ ਨਾ ਵੇ ਨਾ ਹੀ ਕੋ ਥਾਂ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਪਾਣੀ ਧੋਤੇ ਉਤਰ ਬਹੁਤ ਭਲੀ ਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ ਬਾਬੀ ਆਖਣ ਨਾ ਕਰ ਕਰ ਕਰਨਾ ਲਿਖ ਲੈ ਜਾਓ ਨਾਨਕ ਹੁਕਮੀ ਆਓ ਤੀਰਥ ਤਪ ਦਿਆ ਤਦ ਦਾਨ ਜੇ ਕੋ ਪਾਵੇ ਤਿਲਕਾ ਮਾਨ ਮਨ ਕੀਤਾ ਭਾਉ ਅੰਤਰ ਗਾ ਤੀਰਥ ਮਨ ਲਾਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਕਵਣ ਸਵੇਲਾ ਵਖਤ ਕਵਣ ਕਵਣ ਸਿਧ ਕਵਣ ਵਾਰ ਜਿਤ ਹੋਵਾ ਕਾਰ ਵੇਰ ਨਾ ਪਾਇਆ ਪਣਤੇ ਜੇ ਹੋਵੇ ਲੇਖ ਪੁਰਾਣ ਜੇ ਲਿਖਣ ਲੇਖ ਪੁਰਾਣ ਸਿਧ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਠੀਕੋ ਸਾਜੇ ਆਪੇ ਜਾਣੇ ਸੋਈ ਕਿਉ ਕਾ ਰਾਖਾ ਕਿਉ ਸਾ ਲਾਈ ਕਿਉ ਵਰਣੀ ਕਿਉ ਜਾਣਾ ਰਾਖਣ ਸਭ ਕੋ ਆਕੇ ਇੱਕ ਤੋਂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਂ ਕਾ ਹੋਵੇ ਅਠਾਰਾਂ ਗਿਆਨ ਕਦੇ ਬਾਂਸਲੂ ਇੱਕ ਧਾਤ ਲਿਖੇ ਹੋਏ ਬਿਨਾ
ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਤੇ ਸੁਤਨਾ ਪਾਈ ਨਦੀਆਂ ਦੇਵਾ ਪਵੇ ਸਮੁੰਦ ਨਾ ਜਾਣੀਐ ਸੁਲਤਾਨ ਗ੍ਰਹਿ ਸੇਤੀ ਮਾਲਤਾ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਵੇਖਣ ਸੁਣ ਅਨੰਤ ਅੰਤ ਨਾ ਜਾਪੇ ਗਿਆ ਮਨ ਮੰਤ ਜਾਪੇ ਪਰ ਅੰਤ ਕਾਰਨ ਕੇ ਤੇ ਫਿਰ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਹੋਵੇ ਕੋਈ ਕਿਸ ਉੱਚੇ ਕੋ ਜਾਣੇ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਿਤੇ ਮੰਗੈ ਜੋਤ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਲੈ ਲੈ ਮੁਕਰ ਪਾ ਕਿਤੇ ਮੂਰਖ ਖਾਈ ਖਾਏ ਕਿਤਿਆਂ ਤੂੰ ਭੁਗਸਤ ਮਾਰੇ ਵੀ ਦਾ ਤੇਰੀ ਦਾਤਾਰ ਕਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਈ ਕੱਖਣ ਪਾਏ ਉਹ ਜਾਣੇ ਜੇ ਤੀਆਂ ਮੋਹ ਖਾਏ ਜਿਸ ਨੂੰ ਬਖਸ਼ੇ ਸਵਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲੋ ਪਾਰ ਮੁਲੋ ਪਾਰੀਏ ਮੁਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਭਾਏ ਮੁੱਲਾਂ ਸਮਾਏ ਅਮੁੱਲ ਬਖਸ਼ੀਸ ਮੁੱਲ ਨੀਸਾਨ ਮੁੱਲ ਕਰਮ ਮੁੱਲ ਫਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਠੜ ਜਾਏ ਜੇਵੜ ਪਾਵੇ ਦੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਆਖੇ ਬੋਲ ਵਿਗਾੜਦਾ ਲਿਖੀ ਸਿਰ ਗਵਾਰਾ ਗਵਾ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਮੈਂ ਸਰਬ ਸੰਭਾਲੇ ਸੰਖਾ ਕਿਤੇ ਵਾਮਨ ਹਾਰੇ ਕਿਤੇ ਰਾਗ ਭਰੀ ਸਿਉ ਕਈਆਂ ਕਿਤੇ ਗਾਵਣ ਹਾਰੇ ਕੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਗਾਵੇ ਜਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਦਾਸਣ ਬੈਠੇ ਦੇਵਤਿਆਂ ਦਰਨਾਲੇ ਸਮਾਧੀ ਅੰਤਰ ਗਾਵਨ ਸਾਧ ਵਿਚਾਰੇ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਜੁਗ ਵੇਦਾਂ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮਛ ਪਿਆਲੇ ਪਾਏ ਤੇਰੇ 68 ਤੀਰਥ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਦੁੱਧ ਨੂੰ ਗਾਵੇ ਜੋ ਦੁੱਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਗਾਵਨ ਸੇਵੈ ਚਿਤਨਾ ਆਵਨ ਨਾਨਕ ਕਿਆ ਵਿਚਾਰ ਹੋਈ ਹੋਈ ਸਦਾ ਸਹੀ ਸਾਹਿਬ ਸਾਚਾ ਸਾਚੀ ਨਾਈ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕੀਤਾ ਆਪਣਾ ਜਿਵਤ ਸੀ ਵਡਿਆਈ ਜੋ ਦਿਸ ਭਾਵੈ ਸੋਈ ਕਰਦੀ ਹੁਕਮ ਨਾ ਕਰਨਾ ਜਾਈ ਨਾਨਕ ਰਹਿਣ ਮੁੰਦਾ ਸੰਤੋਖ ਸ਼ਰਮ ਬਸ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਾਂਜੀ ਤੇ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੈ ਨਾਦ ਸੰਜੋਗ ਵਿਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਸਾਧ ਨੀਲ ਨਾਦ ਅਨਾਥ ਜੁਜੁਗ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਭੰਡਾਰੀ ਖਲਾਏ ਜੀਵਾਨ ਜਿਵ ਤਿਵ ਭਾਵੈ ਤਿਵੇਂ ਚਲਾਵੈ ਜਿਵ ਹੋਵੇ ਫੁਰਮਾਨ ਆਦੇ ਤਿਸੇ ਆਦੇ ਸਾਧ ਨੀਲ ਨਾਦ ਅਨਾਥ ਜੁਗ ਜੁਗ ਏਕੋ ਵੇਸ ਘਰ ਘਰ ਵੇਖੇ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਜਗਦੂ ਜੀਵੋ ਲੱਖੋ ਐ ਲੱਖੋ ਮੈਂ ਲਖਵੀਸ ਨਾਮ ਜਗਦੀ ਏਤਰਾ ਪਦ ਪੌੜੀਆਂ ਚੜੀਏ ਹੋਏ ਅਕੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜਮਾਲ ਮਨਸੂਰ ਜੋ ਨਾ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਜ ਨਾ ਕੋਏ ਕੌਣ ਪਾਣੀ ਸੋਏ ਧਰਤੀ ਸਾਹਿਬ ਰਹੀ ਧਰਮਸਾਲ ਤੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਇੱਥੇ ਸੋਨ ਪਾਈ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਧਰਮ ਖੰਡ ਕਾ ਏਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
ਕਿਤੇ ਧੂਪ ਕਿਤੇ ਇੰਦਜਨ ਸੁਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਕਿਤੇ ਦੇਵੀ ਕਿਤੇ ਦੇਵਤਾ ਨਾਮ ਕਿਤੇ ਕਿਤੇ ਰਤਨ ਸਮੁੰਦ ਕਿਤੀਆਂ ਬਾਣੀ ਕਿਤੇ ਭਾਲ ਰਿੰਦ ਕਿਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਮੈਂ ਗਿਆਨ ਪ੍ਰਚਾਨ ਜਿੱਥੇ ਨਾਲ ਬਨੋਦ ਕੋੜ ਪਰਮ ਖੰਡ ਕੀ ਬਾਣੀ ਰੂਪ ਜਿੱਥੇ ਘਾਟਨ ਘੜੀਏ ਕੋਦਨ ਰੂਪ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਜਿੱਥੇ ਘੜੀਏ ਸੁਰਤ ਮਾਤਮਨ ਬੁੱਧ ਜਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਂਪਰ ਸੂਰ ਮੈਂ ਰਾਮ ਰਿਹਾ ਭਰਪੂਰ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਕਥਣੇ ਜਾਏ ਨਾ ਮਰੇ ਨਾ ਠਾਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਸੇ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ ਅੱਜ ਖੰਡ ਵਸੇ ਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਵਕਾਰ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਦ ਬਹਾਰਾ ਧੀਰਜ ਸੁਣਿਆ ਰਹਿਣ ਮਤ ਵੇਦ ਹੁਸ਼ਿਆਰ ਭਾਂਡਾ ਪਉ ਅੰਮ੍ਰਿਤ ਧਾਲ ਘੜੀਏ ਸਬਦ ਸਜੀ ਡਗਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਘੜੀਏ ਸਬਦ ਸਜੀ ਡਗਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਸਗਲ ਜਗਤ ਆਈਆਂ ਬੁਰੇ ਆਈਆਂ ਵਾਚ ਧਰਮ ਹਦੂਰ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਲ ਕਾਲ ਉਜਲੇ ਕੀਤੀ ਛੁਪੀ ਨਾ ਜਿਨੇ ਨਾਮ ਤੇ ਆਇਆ ਗਏ ਮੁਸ਼ਕਲ ਘਾਲ ਤੇ ਮੁਖੀ ਉਜਲੇ ਕੀਤੀ ਛੁਟੀ ਨਾਲ ਚੌਪਈ ਸਾਹਿਬ ਕਿਉਂ ਹੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਯੋ ਆਜ ਬੇਨਤੀ ਚੌਪਈ ਅਮਰੀ ਕਰੋ ਹਾਤੇ ਰੱਚਾ ਪੂਰਨ ਹੋਏ ਜਿਤ ਕੀ ਇੱਛਾ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਾਰੇ ਦੁੱਟ ਸਭੇ ਤੂੰ ਕਾਵੋ ਆਪ ਖਾਦੇ ਮੋਏ ਬਚਾਵੋ ਪਰਿਵਾਰ ਸੇਵਕ ਸਿੱਖ ਸਭ ਕਰਤਾ ਹੋਰ ਅੱਛਾ ਨਿਜ ਕਰਦੇ ਕਰੀਆ ਸਭ ਭਰਨ ਕੋ ਆਇਸ ਕਰੀਆ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਮੈਂ ਝਾੜ ਕੋਈ ਅਵਰ ਨਾ ਧਿਆਉ ਜੋ ਪਰ ਜਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਏ ਚੁਣ ਚੁਣ ਸਤਰ ਮਾਰੇ ਮਾਰੀਏ ਆਪ ਹਾਦੇ ਮੁਝੇ ਵਰੀਏ ਮਰਨ ਕਾਲ ਕਾ ਦਾਸ ਨਿਵਰੀਏ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਹੰਤਾ ਤੁਮੋ ਪੁਰੀ ਚਤੁਰ ਦਸ ਕਾਲ ਭਾਈ ਬ੍ਰਹਮਾ ਅਵਤਾਰਾ ਕਾਲ ਭਾਈ ਸ਼ਿਵ ਜੀ ਅਵਤਾਰਾ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸੁਗੀਓ ਵੇਦ ਰਾਜ ਬ੍ਰਹਮਾ ਜੋਤੀਓ ਸਭ ਲੋਕ ਸੁਆਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗ ਦੁਨਾਯੋ ਦੈ ਦੈ ਜਛਨ ਬੁਝਾਯੋ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਹੀ ਕੋ ਹਮਾਰੀ ਸਗਲ ਪਰ ਜਾ ਜਨੇ ਆਪ ਸਵਾਰੀ ਸਤਰਨ ਕੋ ਫਲ ਮੋਬਦ ਕੀ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸਥੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਹੁਲਾ ਸਾਧਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਪੀਰ ਪਛਾਣੇ ਘੜ ਘੜ ਕੇ ਪਲ ਪਟ ਕੀ ਜਬਦ ਕਰ ਕਰਾ ਕਰ ਤਾਰਾ ਪਰ ਜਾ ਦਰ ਦਬ ਦੇ ਅਪਾਰਾ ਕਰਤ ਹੋ ਬਹੂ ਤੁਮਾ ਮਿਲਤ ਦੇ ਧਨ ਸਭ ਇਹਦੇ ਬਦਨ ਸੇ ਸਭ ਧਾਰੇ ਆਪ ਆਪਣੀ ਪੂਜ ਉਚਾਰੇ ਨਿਰਾਲਮ ਜਾਣਤ ਭੇਦ ਭੇਦ ਨਿਰੰਕਾਰ ਨਿਰਕਾਰ ਨਿਰਲੰਬ ਆਦਨ ਹੀਰਿਆਂ ਨਾਦ ਅਸੰਭ ਮੂੜ ਉਚਾਰਤ ਭੇਦਾ ਜਾ ਕੋ ਭੇਦ ਨਾ ਪਾਵਤ ਤਾਂ ਕੋ ਕਰ ਮਹਾਨ ਅਨੁਮਾਨਤ ਮਹਾਂ ਮੂੜ ਕਛ ਭੇਦ ਨਾ ਜਾਣਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਾ ਪੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਵੀ ਸਜਾ ਪ੍ਰਥਮ ਸੰਸਾਰ ਇੱਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ ਖਾਣ ਬਹੁਤ ਕਹੂੰ ਫੁੱਲ ਰਾਜਾ ਹੈ ਬੈਠਾ ਕਹੂੰ ਸਿਮੜ ਵੇ ਹੰਕਰ ਗੈਠਾ
अब रक्षा मेरी तू करो सिख्या वार सिख्या संगर सकल मलेश करो रणकाता ये अद्भुत अवसर नहीं भरे धन के दुष्ट दुख है मरे परे त्यारे जिनके तुम संकट सब डारे जो कल को एक बार दया है ताके काल निकट में आए हैं अच्छा हुए सब काला दुष्ट रिष्ट रे तत्काल कृपा देता जाए न हरियो ताके दाव तनक मोख रे दुष्ट शाश वह सके न कोई एक बार जन तुम्हें संभारा काल फांते तायु बारा दुष्ट दोग तेरा हड़ग केत में शरण तिहारी आप हाथ दे लियो बारी दुष्ट दोख ते ले हो बचाई कृपा करी हम पर जग माता ग्रंथ करा पूरन सुभराता दुष्ट दोखियन कोशा कर श्री तुझा भय दयाला पूरन करा ग्रंथ तत्काला अड़ल सुन गंग जो याहे सुर सुना पावई मूढ़ चत आए चतरताया दुख दर्द भौ निकट न तिन नर के रहे हो या की एक बार चौपाई को कहे दुख दर्द भौ निकट न तिन नर के रहे एक बार चौपाई को कहे वाहे गुरु वाहे गुरु वाहे गुरु वाहे गुरु धन श्री गुरु गोबिंद सिंह जी धन श्री गुरु गोबिंद सिंह जी वाहे गुरु Introducing the SBI Card Elite American Express Card. Your रहना
दुखिया दर्दवंत दर आया दीदयाल परोसे तेरे दीनदयाल परोसे तेरे सब परवार चढ़ाया बेड़े दुखिया दर्द मत दर आया सुखी बसे मोरो परवारा सेवक सिख सवे करतारा दुखिया दर्दवंत दर आया 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 सानू लेखे बिच ना लियाई कलगी वाले सानू लेखे बिच ना लियाई वाजावा लेखे बिच ना लियाई लेखे बिच ना लियाई वाजा बोलो लेखे बिच ना सानू लेखे बिच ना लियाई कलगी वालिया ਸਾਨੂੰ ਲਿਖ ਵਿੱਚ ਨਾ ਲਿਆਈ ਵਾਜਾਵਾ ਸੰਗਤ ਬੋਲੇ ਸਾਨੂੰ ਲਿਖ ਵਿੱਚ ਨਾ ਲਿਆਈ ਬਖਸ਼ਿਸ਼ ਦੇ ਕੇ ਪਾਰ ਲੰਘਾਈ ਬਖਸ਼ਿਸ਼ ਦੇ ਕੇ ਪਾਰ ਲੰਘਾਈ ਕਲਗੀ ਵਾਲੇ ਲੇਖੇ ਵਿੱਚ ਨਾ ਲਿਆਈ ਕਲਗੀ ਵਾਲੇ ਲੇਖੇ ਵਿੱਚ ਨਾ ਲਿਆਈ ਬਚਾ ਸਾਰੀਆਂ ਭੈਣਾਂ ਸਾਨੂੰ ਲੇਖੇ ਸਰਨ ਤੁਹਾਰੀ ਆਇਓ ਸ਼ਰਨ ਤੁਹਾਰੀ ਗੁਰੂ ਗੋਬਿੰਦ ਸਿੰਘ ਜੀ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ਼ਮ ਰਹੀ ਆਇਓ ਸ਼ਰਨ ਤੁਹਾਰੀ ਸਰਣ ਤੁਹਾਰੀ ਕ
किस ही धड़ा किया मित्र सुत नाल भाई, किस ही धड़ा किया कुड़म सके नाल जवाई, किस ही धड़ा किया सिकदार चौधरी नाल अपने सुआई, हमारा धड़ा कर रहा सुआई। आयो शरण तुहारी मिले सुख नाम हर सुबह चिंता लाए गमारी, चिंता लाए गमारी, चिंता लाए गमारी। करता तेरे सब किच है जिस दिन सो पावे, चिंता लाए गमारी। हर अमृत भरे भंडार सब किच है घर दसके बले राम जी, ओ चिंता लाए गमारी। आए चिंता लाए गमारी, लाल जवे घर भरे भंडार तोट न आवे जप निरंकार, चिंता लाए गुमारी। जेड़ा काम मेरे लिए पहाड़े तेरे लिए चुटकी है, जेड़ा काम साडे लई वड्डा पहाड़ वर्ग है तेरे वास्ते तीले वर्ग है। जिस कर्म ने कई साल कई महीने कई हफ्ते कई दिन मैनू दुखी करना है, तेरे तेरे लिए एक अंगूठा फेरन दी लोड़। गुरु गोविंद सिंह जी कृपा कर दियो, पुन नहीं पुन नहीं पुन नहीं पुन नहीं अपनी संगत का सदका कृपा कर दे, पुन नहीं पुन नहीं बाबा दीप सिंह का सदका कृपा कर दे, पुन नहीं पुन नहीं बाबा बिधि चंद का सदका कृपा कर दियो, बाबा बुढ़ा साहब का सदका कृपा कर दियो, बीबी कौलां दे सदका कृपा कर। आए 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 चिंता लाए गमारी, चिंता लाए गमारी, चिंता लाए गमारी, चिंता लाए गमारी, चिंता लाए गमारी। अजा मल पापी जग जाने निमख माए निस्तारा, तू कौन है। अजा मल पापी जग जाने तू कौन है, निमख माए निस्तारा चिंता लाए गमारी। बाजा वालिया तू कौन है, जब ही शरण गई कृपा निध गज गरा ते छूटा चिंता लाए गमारी।
ਨਾਨਕ ਦਾ ਸੰਪਜੇ ਕਰਿਓ ਰਾਖ ਲਿਓ ਏ ਵਾਰੀ ਰਾਖ ਲਿਓ ਏ ਵਾਰੀ ਸਾਨੂੰ ਲੇਖੇ ਵਿੱਚ ਨਾ ਲਿਆਈ ਬਾਜਾ ਭੈਣਾ ਬੋਲੋ ਸਾਨੂੰ ਸਾਰਾ ਜਥਾ ਸਾਨੂੰ ਲੇਖੇ ਵਿੱਚ ਨਾ ਲਿਆਈ ਕਲਗੀ ਵਾਲਿਆ ਲੇਖੇ ਵਿੱਚ ਨਾ ਲਿਆਈ ਵਾਹਿਗੁਰੂ 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 ਹਰੇ ਉਹਦੇ ਅੱਗੇ ਮੰਗਣ ਸਿਆ ਵਾਹਿਗੁਰੂ ਵਾਹਿਗੁਰੂ ਹੱਥ ਜੋੜ ਖਲੀ ਸਭ ਹੋਈ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾਲੇ ਕਨਕ ਨੇ ਜਗਦੀਸ਼ ਵਾਹਿਗੁਰੂ ਵਾਹਿਗੁਰੂ ਜੀ ਗਣਤ ਦਿਨਾਂ ਦੀ ਕੋ ਕਿਆ ਕਰੇ ਗਣਤ ਦਿਨਾਂ ਦੀ ਕੋ ਕਿਆ ਕਰੇ ਜੋ ਆ ਬਖਸ਼ੇ ਕਰਤਾਰ ਵਾਹਿਗੁਰੂ ਮੇਰੇ ਵਾਹਿਗੁਰੂ ਜੀ ਵਾਹਿਗੁਰੂ ਦੋ ਕੁ ਮਿੰਟ ਸਾਜ ਨਰਮ ਸੰਗਤ ਬੋਲੇ ਸਮਾਧੀਆਂ ਲਾ ਲਓ ਤੁਹਾਡੇ ਮਨ ਦੀ ਵੇਦਨ ਤੁਸੀਂ ਜਾਣਦੇ ਹੋ ਬਖਸ਼ਿਸ਼ ਦੇ ਕੇ ਪਾਰ ਲੰਘਾਈ ਬਖਸ਼ਿਸ਼ ਦੇ ਕੇ ਪਾਰ ਲੰਘਾਈ ਕਲਗੀ ਵਾਲਿਆ ਲੇਖੇ ਵਿੱਚ ਨਾ ਲਿਆਈ ਸਾਨੂੰ ਲੇਖੇ ਵਿੱਚ ਨਾ ਲਿਆਈ ਵਾਜਾ ਵਾਲਿਆ
ਸਾਨੂੰ ਲੇਖੇ ਵਿੱਚ ਨਾ ਲਿਆਈ ਕਲਦੀ ਵਾਲਿਆ ਸਾਨੂੰ ਲੇਖੇ ਵਿੱਚ ਨਾ ਲਿਆਈ ਆਸ਼ਾ ਵਾਲਿਆ ਸਾਰੀ ਸੰਗਤ ਸਾਨੂੰ ਲੇਖ ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਏ ਜਿਸਨੂੰ ਤੇਰੀ ਖੁਸ਼ੀ ਤਿਸਨੂੰ ਨਿੱਤ ਪੁੱਛੀਏ ਲੇਖੇ ਕਤਹੇ ਨਾ ਛੁਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਲੇਖੇ ਕਤਹੇ ਨਾ ਛੁਟੀਏ ਖਿਨ ਖਿਨ ਭੁੱਲਣ ਹਾਰ ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਗਿਆਨ ਅਲਪ ਮਤ ਥੋੜੀ ਤੁਮ ਆਪਣ ਬਿਰਦ ਰਖਾਵੋ ਤੁਮ ਆਪਣ ਬਿਰਦ ਰਖਾਵੋ ਤੁਮ ਸਮਰੱਥਾ ਕਾਰਣ ਕਰਨ ਗੁਰੂ ਗੋਬਿੰਦ ਸਾਨੂੰ ਲੇਖੇ ਇੰਟਰੋਡਿਊਸਿੰਗ ਦੀ SBI ਕਾਰਡ ਅਲੀਟ ਅਮੈਰੀਕਨ ਐਕਸਪ੍ਰੈਸ ਕਾਰਡ ਯੋਰ ਡੋਰਵੇ ਟੂ ਐਕਸਕਲੂਸਿਵ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਜਾ ਧਰਮ ਰਾਏ ਦਰ ਕਾਗਦ ਫਾਰੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਲੇਖੇ ਵਿੱਚ ਨਾ ਲਿਆਈ ਸਾਨੂੰ ਲੇਖੇ ਵਿੱਚ ਨਾ ਚੌਧਰੀ ਸ਼ਮੀਰ ਨੇ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਦੋਧੀ ਪਿਆਇਆ ਦੋ ਸੁਪਨਿਆਂ ਵਿੱਚ ਆਪ ਜੀ ਨੇ ਉਹਦੇ ਕਿੰਨੇ ਜਨਮ ਕੱਟ ਦਿੱਤੇ ਲੇਖਾਂ ਨੂੰ ਸੁਪਨੇ 'ਚ ਕੱਟ ਦਿੱਤੇ ਬਾਰਾਂ ਸਾਲ ਦਾ ਕਾਲ ਭੋਗਣਾ ਸੀ ਸੰਕੇਤ ਮੰਡੀ ਦੇ ਰਾਜੇ ਨੇ ਅਗਲਾ ਜਨਮ ਲੈਣਾ ਸੀ ਬਾਰਾਂ ਸਾਲ ਦਾ ਕਾਲ ਭੋਗਣਾ ਸੀ
अन्न लभना नहीं सी, दरखत पे चढ़ के पीलू खाने सी, दरखत का टान टुटना सी, ओदी मौत होनी सी, जमा ने लैन आना सी, गुरु रामदास दे दर दे दर्शना ने सारा कुछ सुपने च कट दे। आप जी समर्थ हो, संगत का सदका तरस करे हो, अपने प्यारियां दा सदका सानू लिख विच ना लियाई कलगी वालिया, विच ना लियाई बाजा वालिया, सानू लिख असी खते बहुत कमाव दे, असी खते बहुत कमाव दे, अंत न पारावार कर कृपा करके बख्श ले हो, हों पापी वड गुनेगार, हर जियो लेखे वार नयावी, हर जियो लेखे वार नयावी, तू बख्श मिला लेखे विच ना लियाई कलगी वालिया, सानू लेखे विच ना लियाई बाजा वालिया, बोलो सानू ले वालिया। महापुरुष पढ़ाउंदे सी, नहीं पुछया नहीं पुछया, सज्जन ठग दा लेखा नहीं पुछ, नहीं पुछया नहीं पुछया, भूमि चोर दा लेखा नहीं पुछया। बाबा नानक जी नहीं पुछया नहीं पुछया, कौड़े राखश दा लेखा नहीं पुछया, नहीं पुछया नहीं पुछया, नूर शाह जादूगरनी दा लेखा नहीं पुछया। बाबा नंद सिंह जी कहते असी उस तो भी वधीक पापी हाँ, सानू भी उन्हां वांगू कृपा करियो, सानू लेखे विच ना लियाई कलगी वालिया, लेखे विच ना लियाई बाजा वालिया, सानू ले संगत का सदका कृपा होवे। आओ संगत जी, 52 बचन श्री गुरु गोबिंद सिंह जी इस प्रकरण शुरू होया, अज 16वां भाग ते चौथा बचन नवा आरंभ होना है। जेड़े शब्द नूं आधार बनाया पहले आओ सारे उहदी हाजरी दा। सतगुर बच
जन तुम्हारे वचन तुम्हारे वचन तुम्हारे सतगुर वचन तुम्हारे बोलो जी निर्गुण निस्तारे निर्गुण निस्तारे निर्गुण निस्तारे निर्गुण निस्तारे सतगुर वचन तुम्हारे सतगुर वचन तुम्हारे सतगुर वचन तुम्हारे सतगुर वचन खाती दुष्ट अपवादी ते पुनीत संगारे ते पुनीत जन्म भवंते नर्क पड़ंते तिन के कुल उधारे तिन के कुल उधारे कोई न जाने कोई न माने से प्रगट हर द्वारे से प्रगट हर द्वारे कवन उपमा देओ कवन वडाई कवन उपमा देओ कवन वडाई नानक खेन खेन वारे नानक खेन खेन वारे सतगुर वचन तुम्हारे सतगुर वचन सतगुर वचन तुम्हारे निर्गुण निस्तारे निर्गुण निस्तारे सतगुर वचन तुम्हारे सतगुर वचन तुम्हारे हो सतगुर वचन सारी संगत गुरु गोबिंद सिंह महाराज दे प्यार विच भज के आखो सतनाम एहो जा प्यार करना गुरु गोबिंद सिंह जी नाल चंगे आं मंदे आं तेरे आं
ਭਲਿਆਂ ਬੁਰਿਆਂ ਤੇਰਿਆਂ ਇਹੋ ਜਿਹਾ ਪਿਆਰ ਕਰਨਾ ਤੇਰੇ ਘਰ ਦੇ ਗੋਲਿਆਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਧਿਆਨ ਧਰ ਕੇ ਗੱਜ ਕੇ ਆਖੋ ਸਤਨਾਮ ਦਰਗਾਹੀ ਅਸਥਾਨ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਦੇੜ ਦੀ ਧਰਤੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ 52 ਬਚਨ ਸਿੱਖਾਂ ਦੀ ਝੋਲੀ 'ਚ ਪਏ ਬਾਬਾ ਬੁੱਢਾ ਸਾਹਿਬ ਦੀ ਕੁੱਲ ਵਿੱਚੋਂ ਭਾਈ ਰਾਮ ਕੋਇਰ ਜੀ ਨੇ ਕਲਮ ਬੰਦ ਕਰ ਲਏ ਉਹ ਲੜੀਵਾਰ ਸਬਜੈਕਟ ਪ੍ਰਕਰਣ ਚੱਲ ਰਿਹਾ ਹੈ ਤਿੰਨ ਬਚਨ ਤੁਸੀਂ ਸੁਣੇ ਨੇ ਕਿਰਤ ਧਰਮ ਦੀ ਕਰਨੀ ਪਹਿਲਾ ਗੁਰੂ ਗੋਬਿੰਦ ਸਿੰਘ ਦਾ ਬਚਨ ਦੂਜਾ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢਣਾ ਤੀਸਰਾ ਗੁਰਬਾਣੀ ਕੰਠ ਕਰਨੀ ਅੱਜ ਚੌਥੇ ਬਚਨ ਦੀ ਵਾਰੀ ਤੀਜਾ ਬਚਨ ਗੁਰਬਾਣੀ ਕੰਠ ਸੌਖਾ ਕੰਮ ਨਹੀਂ ਥੋੜੀ ਹੱਥ 'ਚ ਹੋਵੇ ਪਤਲੀ ਜਿਹੀ ਚੱਬਲ ਹੱਥ 'ਚ ਹੋਵੇ ਇੱਥੇ ਸਿਰ 'ਤੇ ਰੱਖ ਕੇ ਮਗਰੋਂ ਥੋੜਾ ਲਾਇਆ ਜਾਵੇ ਵੀ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਉਣੀ ਸੌਖਾ ਕੰਮ ਨਹੀਂ ਜਦੋਂ ਲੱਥਦੀ ਏ ਸਾਰਾ ਦਾੜਾ ਲਹੂ ਨਾਲ ਭਿੱਜਦਾ ਸੁੱਚੇ ਲਹੂ ਉਹਦੀ ਪਹਿਲੀ ਥੋੜੀ ਦੂਜੀ ਥੋੜੀ ਸੁਣ ਕੇ ਮਨ ਕੰਬਦਾ ਭਾਈ ਤਾਰੂ ਸਿੰਘ ਜੀ ਨੂੰ ਡੋਲਣ ਤੋਂ ਕਿੰਨੇ ਬਚਾਇਆ ਤਰਲੇ ਕੱਢਣ ਤੋਂ ਕਿੰਨੇ ਬਚਾਇਆ ਗੁਰਬਾਣੀ ਕੰਠ ਨੇ ਉਧਰੋਂ ਥੋੜੀ ਚਲਾਉਂਦਾ ਉਧਰੋਂ ਭਾਈ ਤਾਰੂ ਸਿੰਘ ਜਪਜੀ ਸਾਹਿਬ ਆਰੰਭ ਕਰ ਦਿੰਦੇ ਗੱਜ ਕੇ ਆਖੋ ਸਾਹਿਬ ਮੋਬਾਈਲ ਤਾਂ ਉਦੋਂ ਹੈ ਨਹੀਂ ਸੀ ਹੁਣ ਉਸ ਵੇਲੇ ਉਹ ਕਹਿ ਸਕਦੇ ਸੀ ਵੀ ਮੈਂ ਜਪਜੀ ਸਾਹਿਬ ਪੜ੍ਹਨੀ ਗੁਟਕਾ ਸਾਹਿਬ ਲਿਆਓ ਗੁਰਬਾਣੀ ਕੰਠ ਸੀ ਅਤੇ ਉਹਨੇ ਡੋਲਣ ਤੋਂ ਬਚਾਇਆ ਤਰਲੇ ਕੱਢਣ ਤੋਂ ਬਚਾਇਆ ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਤੀਜਾ ਬਚਨ ਜਾਂ ਵੀਰਵਾਰ ਦੇ ਬੂਟੇ 'ਚ ਆਉਂਦੇ ਹੋ ਤੁਹਾਡਾ ਬੱਚਾ 5 ਸਾਲ ਦਾ 3 ਸਾਲ ਦਾ 7 ਸਾਲ ਦਾ ਉਮਰ ਮੁਤਾਬਕ ਕਿਸੇ ਨੂੰ 8 ਪੌੜੀਆਂ ਯਾਦ ਹੋਣ ਕਿਸੇ ਨੂੰ 20 ਪੌੜੀਆਂ ਕਿਸੇ ਨੂੰ 22 ਪੌੜੀਆਂ ਗੁਰੂ ਗੋਬਿੰਦ ਸਿੰਘ ਤੁਹਾਡੇ ਪਰਿਵਾਰ ਨੂੰ ਵੇਖ ਵੇਖ ਕੇ ਖੁਸ਼ ਹੋਣਗੇ ਜਿਹੜਾ ਹਜ਼ੂਰ ਸਾਹਿਬ ਮੈਂ ਬਚਨ ਕੀਤਾ ਇਹਨੇ ਵਾਰੇ ਭਾਈ ਮਨੀ ਸਿੰਘ ਜੀ ਲਈ ਆ ਐਲਾਨ ਹੋ ਗਿਆ ਬੰਦ ਮੰਦ ਕੱਟ ਦਿਓ ਸੁਣਨਾ ਔਖਾ ਹੁਣ ਜਲਾਦ ਕੱਟਣ ਲੱਗਾ ਬੰਦ ਮੰਦ ਮੇਰੀ ਉਂਗਲ ਵੱਲ ਵੇਖਿਓ ਇੱਥੋਂ
भाई मनी सिंह हस पे कहते नवा नवा तू बंद इथों नहीं बनता पोटे तो बनता आखो सतना पोटे तो सुख है निकी जी पेन चुभ जे जान निकल जाए जो इतिहासकारा ने लिखे है कहते जदों बंद कट्टन लगे भाई मनी सिंह जी नू डोलन तो किन्ने बचाया भाई मनी सिंह जी ने सुखमनी साहब आरंभ करती आद गुरे नम है युगाद गुरे नम है सत गुरे नम है श्री गुरुदेव नम है बोलो आद गुरे नम है गुरे नम है सत मनी साहब भाई मनी सिंह जी नू सारी जबानी कंठ सी उसले कह सकते जी गुटका साहब लिया गुरबाणी कंठ दा लाभ ही लाभ है थोड़ा जा पिछों चले हैं जी गुरु ने चलाया गुरु गोबिंद सिंह जी दा तीजा बचन गुरबाणी कंठ करती अज चौथा वचन गुरु गोबिंद सिंह जी कैसा नज़ारा होएगा हजूर साहब खड़े है इंज सिख बैठे है तो सिखा झोली अड्डी महाराज कुछ पा दे वचन बोल रहे होणगे कैसा नज़ारा होएगा ये कहण तो संकोच नहीं किया जा सकता लिंक तो तुरे आ रहे है की पता उस वेले केड़ा तुहाडे विचों भी बैठा होवे आखो सतनाम लिंग ते तुरे आ रहे पूर्व जन्म हम तुमरे सेवक तेरे ही सा पिछले जन्म च अब तो मिटिया ना जाई तेरे द्वारे धुन सहज की माथे मेरे लगाई चौथा वचन साढ़े पिता ने खलो के रसना चो केड़ा कढ़िया अमृत वेले जागना गज के आखो सर अमृत जकारा गज के बुला दे ढिलाया सतगुर बचन तुम्हारे सतगुर बचन तुम्हारे सतगुर बचन तुम्हारे आए 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 सतगुर बचन चौथा वचन अमृत वेले जागण जिदे विच मैं भी पूरा नहीं कीर्तना करके राती कई जारी दो बज जांदे हिलजुल हो जाए मेरी भी अरदास करे ਇਹਦੇ ਚ ਪਹਿਲੀ ਗੱਲ ਇਹ ਕਰਨੀ ਹੈ ਕਿਤੇ ਪੰਜ ਬੀਬੀਆਂ ਬੈਠੀਆਂ ਹੋਵੋ ਪੰਜ ਵੀਰ ਬੈਠੇ ਹੋਵੋ ਚਾਰ ਭੈਣਾਂ ਵੀਰ ਬੈਠੇ ਹੋਵੋ ਕਿਸੇ ਦੇ ਹਲਕੀ ਰਾਏ ਨਾਲ ਢਿੱਲੇ ਨਹੀਂ ਪੈਣਾ ਚਾਰ ਪੰਜ ਬੈਠੇ ਹੋਣ ਨਾ ਜੀ ਕਈ ਵਿੱਚ ਢਿੱਲੀ ਗੱਲ ਕਰ ਦਿੰਦੇ ਰਾਤ ਬਣਾਈ ਰੱਬ ਨੇ ਸੌਣ ਲਈ ਆਖੋ ਸਤਨਾ ਕੀ ਲੋੜ ਹੈ ਜਾਗਣ ਦੀ ਇਹ ਢਿੱਲਾ ਵਜਨ ਹੈ
रात कदे असं बनाई सौन लिए बनाई है रात भी सूरज चढ़ा देता रहा ये ढिले बजाने एक ढिला भजन मैंने किसी ने सुनाया कहते बाणी अमृत जेड़े वेले मर्जी पढ़ लो अमृत वेला ही है आको साथ ना सुनाने वाला भी उस स्टेज पे जो तो मर्जी पढ़ लो भी अमृत वेले लोड़ ही नहीं हूँ थोड़ा जा विल पावर वाला भजन आया जी ज्ञानी संत सिंह मस्कीन जी का उन्हां दी किताब है नाम दा हीरा उहदे विच उन्हां ने एक सूफी फकीर दी मिसाल दित्ती है उहदा नां आया शेख शादी ज्ञानी संत सिंह मस्कीन लिखदे एक सूफी फकीर होया शेख शादी उन्हें की भजन किया बड़े ध्यान ना सुने दिल करे फिर जगारा बोले ओ अंदर गुण भरन वाला पहले जेडे मैं दो सुनाए वो ढिले वाले रात सौन लई बनाई है की लोड़ है ये तोड़न वाला सड़क ते गड्डी चलाओ ना जिथे तुसी अपनी गड्डी ध्यान ना चलानी है उत्थे सामने भी कोई गलत गड्डी आ रही होवे उहदा भी ख्याल रखना पैंदा कई वारी तुसी गड्डी सही चला रहे हो सामने वो गलत गड्डी ले आ रहे हो उहदे तों भी बचा करना पैंदा कोई ढिला भजन कर दे उत्थों भी बच के रहो आखो साधना ज्ञानी संत सिंह मस्कीन जी लिखदे सूफी फकीर होया शेख शाही दी मैनू बड़ा वधिया लगा जी उहने की भजन लिखिया किताबा शेख शादी ने जेड़ा ज्ञानी संत सिंह मस्कीन जी ने सुनाया ते नाम दा हीरा किताब जी लिखे शेख शादी सूफी फकीर कहंदा ऐ बंदे ऐ बंदे ऐ बंदे दिन नू जे तू बादशाह दी तरह रहना चाहना है सुनियो ऐ बंदे जे तू दिन नू बादशाह दी तरह रहना चाहना है ते रात दे चौथे पैर उस खुदा दे अगे भिखारी बन जाएगा दोबारा सुने हो भी जे दिने जाना मैं बादशाह दी तरह रवा चिंता ना रहे फिकर ना रहे साग शेख शादी कहंदा फिर रात दे चौथे पैर वो खुदा दे अगे भिखारी बन जा चौथे पैर भिखारी बनन नाल वो खुदा तेनू दिने बादशाह वांगू तोरेगा समा पूरा सूरा है गुरु गोबिंद सिंह जी का चौथा भजन अमृत वेले जागरना मैनू पता है कईयां दे मन च प्रश्न आया होएगा चौथा पैर हुंदा केड़ा आखो साधना वो भी क्लीयर करना जरूरी चौथे पैर उठ के भिखारी बन जा खुदा अगे गुरु नानक अगे तेरे दिन दे करम बादशाह वर्गे बना दे थोड़ा क्लीयर करना जरूरी जी छे तो नौ पहला पैर है जेड़ा शामी छे तो नौ है ना
ये पहला पैर है, 9 तो 12 दूजा पैर है, 12 तो 3 तीजा पैर, सवेरे 3 तो लैके 6 बजे तक चौथा पैर है। आखो साधना, ये गल्लां जरूरी क्लियर है। आपां कहिंदे आ दरबार साहिब 3 पैरे की सेवा, नोट करो 12-1 दे करीब होंदी, मौसम नाल 15 मिनट फर्क पई जांदा, तीजा पैर है 12 तो 3। तीन तो छे चौथा पैर है, ये जरूरी सी भी जो चौथा पैर है ना, 3 तो 6 अपने गुरु अगे मंगता बन जा, गुरु फिर तेन सारा दिन बादशाह बनाएगा। किसी कवि ने लिखा जी, तुहाडे लई नहीं आम दुनिया इंज विचरदी, पहले पैर हर कोई जागे, 6 तो 9 सारे जागदे तकरीबन, पहले पैरे हर कोई जागे, आए आए आए, दूजे पैरे भोगी 9 तो 12 भोगी, तीजे पैरे तस्कर जागे, जेडे चोर चोरी करते ए टाइम च करते 12 तो 3 च, तुहाडे लई नहीं आम दुनिया लई, तीजे पैरे तस्कर जागे, चौथे पैरे जोगी, चौथे पैरे जोगी, सतगुर बचन तुम्हारे, गल मैनू इत्थे बजी, गुरु नानक साहब का शब्द है, मैं ते गां गावी, तुहाडे सदका ये चौथे पैर वाली दात गुरु गोबिंद सिंह तरस करके मेरी भी झोली च पा, तुहाडी भी पा, जे नहीं पई ना ते गुरु नानक साहब का शब्द है, सौ उलामे के सौ उलामे दने के, सौ का मतलब 100, 100 उलामे तुहानू पता ही है, कहिंदे जिहड़ा दिने दिने सिमरन च नहीं रहिंदा रब दी दरगाह च, उहनूं 100 लांबे मिलदे, 100 लांबे, 100 लांबे दिने के राती मिलण सुहंस, सुहंस दा अर्थ है जी यार, 1 0 0 0 3 0 हजार, कहिंदे जिहड़ा दिने नाम नहीं जपदा उहनूं 100 लांबे मिलदे रब दी दरगाह चों, जिहड़ा चौथे पैर नहीं जागदा उहनूं 1000 लांबे मिलदे,
ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸੁਹੰਸ ਸੁਹੰਸ ਦਾ ਅਰਥ ਯਾਰ ਯਾਰਾਂ ਸਿਫਤ ਸਲਾਇਣ ਛੱਡ ਕੇ ਕਰੰਗੀ ਲੱਗਾ ਹੰਸ ਅਸੀਂ ਹੰਸਾਂ ਇਹ ਹੰਸਾਂ ਦਾ ਜਨਮ ਹੈ ਮਨੁੱਖਾ ਕਰੰਗੀ ਲੱਗਣਾ ਕਿੱਧਰ ਸੀ ਤੇ ਲੱਗ ਕਿੱਧਰ ਪਏ ਦੌਲਤ ਗੁਜਰਾਨ ਰੱਖਣੀ ਸੀ ਫਾਸੀ ਗਏ ਪੁੱਤਰ ਨਿਸ਼ਾਨ ਔਰਤ ਮਾਨ ਲੁਧਿਆਣੇ ਦਾ ਪਰਿਵਾਰ ਹੈ ਇੱਕ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਕੋਈ ਨੇਮ ਦਿਓ ਭਾਈ ਕੀ ਗੱਲ ਕਿਰਾਏ ਤੇ ਰਹਿੰਦੇ ਹਾਂ ਜੀ ਆਪਣਾ ਬਣ ਜੇ ਉਹਨਾਂ ਦਿੱਤਾ ਜੀ ਆਪਣਾ ਬਣ ਗਿਆ ਦੋ ਚਾਰ ਸਾਲ ਕੋਈ ਨੇਮ ਦਿਓ ਭਾਈ ਕੀ ਗੱਲ ਮੁੰਡਾ ਵਿਆਹਿਆ ਜਾਵੇ ਦਿੱਤਾ ਜੀ ਵਿਆਹਿਆ ਦੋ ਸਾਲ ਬੀਤੇ ਕੋਈ ਨੇਮ ਦੱਸੋ ਕੀ ਗੱਲ ਭਾਈ ਬਸ ਪੋਤਰਾ ਹੋ ਜਾਏ ਫਿਰ ਮੈਂ ਫਰੀ ਹਾਂ ਪੋਤਰਾ ਹੋ ਗਿਆ ਦੋ ਸਾਲ ਬੀਤੇ ਜੀ ਕੋਈ ਹੋਰ ਨੇਮ ਦਿਓ ਕੀ ਗੱਲ ਜੋੜੀ ਰਲ ਜੇ ਆ ਕੋ ਸਾਧਨ ਮੇਰੀ ਗੱਲ ਨੂੰ ਸਮਝੇ ਬਈ ਕਈ ਇਸੇ ਕਰੰਗੀ ਜੀ ਬਸ ਜੋੜੀ ਰਲ ਗਈ ਕੋਈ ਨੇਮ ਦਿਓ ਕੀ ਗੱਲ ਫੈਮਿਲੀ ਪੂਰੀ ਹੋ ਜਾਏ ਜੀ ਇੱਕ ਲੜਕੀ ਵੀ ਹੋ ਜਾਏ ਉਹ ਵੀ ਹੋ ਗਈ ਫਿਰ ਦੋ ਤਿੰਨ ਸਾਲ ਬੀਤੇ ਕੋਈ ਨੇਮ ਦਿਓ ਭਾਈ ਹੁਣ ਕੀ ਕਹਿੰਦੇ ਫੈਮਿਲੀ ਵੱਡੀ ਹੋ ਗਈ ਸੌ ਗਜ ਦੀ ਛੋਟੀ ਆ ਹੁਣ ਕੋਠੀ 200 ਦੀ ਹੋ ਜਾਏ ਆਪੋ ਸਾਧਨ ਇਹ ਨਹੀਂ ਜੇ ਮੁੱਕਣਾ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੰਭਾਲੋ ਦੌਲਤ ਗੁਜਰਾਂ ਪੁੱਤਰ ਨਿਸ਼ਾਨ ਔਰਤ ਮਾਨ ਪੀਰ ਨਾ ਹਿੰਦੂ ਨਾ ਮੁਸਲਮਾਨ ਗੱਜ ਕੇ ਆਖੋ ਸਾਧ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤ ਸਾਰ ਕੀ ਹੈ ਆ ਨਹੀਂ ਹੈਗਾ ਤੱਤ ਸਾਰ ਨਿਤਨੇਮ ਕਿੰਨਾ ਕੀਤਾ ਜੀ ਤੱਤ ਸਾਰ ਪਾਣੀ ਕਿੰਨੀ ਪੜੀ ਤੱਤ ਸਾਰ ਅੱਜ ਕਿੰਨਿਆਂ ਦੇ ਮੁੱਖ 'ਚ ਕੁਝ ਪਾਇਆ ਜੀ ਤੱਤ ਸਾਰ ਭਲਾ ਕਿੰਨਾ ਕੁ ਕੀਤਾ ਜੀ ਲੋਭ ਕੁਝ ਹੋਰ ਹੈ ਤੱਤ ਸਾਰ ਕੁਝ ਹੋਰ ਮੇਰਾ ਤਾਂ ਬੜਾ ਦਿਲ ਕਰਦਾ ਜੀ ਜਿਹੜੇ ਆ ਮੈਂ ਵੀ ਵਿੱਚੇ ਹੀ ਅਤੇ ਮੁੰਡੇ ਜਿਹੜੇ ਜਥੇ ਨੇ ਜਾਂ ਨਾਲ ਨਾਲ ਨੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤਿਆਰੀਆਂ ਕਰ ਲਓ ਮੈਂ ਡੈਰੀਆਂ ਲਾਉਣੀਆਂ ਤੁਹਾਡੀਆਂ ਸਾਰਿਆਂ ਦੀ ਮੈਂ ਮੈਟਰ ਬਣਾਉਣਾ ਪਿਆ ਡੈਰੀਆਂ ਦਾ ਇਹਨਾਂ ਦੀ ਜੇਬ 'ਚ ਹੋਵੇ ਡੈਰੀ ਅਤੇ ਉਹ ਫਿਰ ਜਿਹੜਾ ਤੱਤ ਸਾਰ ਹੈ ਨਾ ਮੈਂ ਕਿਹਾ ਹਰ ਬੁੱਧਵਾਰ ਡੈਰੀ ਚੈੱਕ ਕਰਿਆ ਕਰਾਂਗੇ ਸੈਨ ਕਰਾਉਣੇ ਕਿ ਭੈ ਬਣਿਆ ਰਹੇ ਪੰਜ ਬਾਣੀਆਂ ਕਰਨੀਆਂ ਹੀ ਨੇ ਉਹਦੇ ਅੱਧੇ ਘੰਟੇ 'ਚ ਹੋ ਜਾਂਦੀ ਸੁਖਮਨੀ ਸਾਹਿਬ ਕਰਨਾ ਹੀ ਉਸ ਤੋਂ ਇਲਾਵਾ ਸਿਮਰਨ ਜਾਂ ਇੱਕੀ ਪਾਠ ਜਪਜੀ ਸਾਹਿਬ ਕਿਸ ਵਾਸਤੇ ਵਟਸਐਪ ਘੱਟ ਜੇ ਫੇਸਬੁੱਕ ਘੱਟ ਜੇ ਤਾਂ ਕਿ ਜੇ ਪੱਗ ਚਿੱਟੀ ਬੰਨੀ ਹੈ ਚੋਲੇ ਚਿੱਟੇ ਪਾਏ ਮੈਂ ਵੀ ਵਿੱਚੇ ਹੀ ਅਸਲੀ ਤੱਤ ਸਾਰ ਤੱਕ ਪਹੁੰਚਣ ਲਈ ਸੰਗਤ ਚਾਹੁੰਦੇ ਹਾਂ ਆਖੋ ਸਾਧਨਾ ਨਹੀਂ ਤਾਂ ਕਰੰਗੀ ਲੱਗਾ ਹੰਸ ਹੈ ਹੰਸ ਵਾਲਾ ਜਨਮ ਹੈ ਮਨੁੱਖ ਦਾ ਪਰ ਕਰੰਗੀ ਲੱਗ ਗਿਆ ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜੀ ਸੌ ਲਾਮੇ ਦਿਨੇ ਕੇ ਨ
नहीं तत नू पछाणिया सौ लामे तेनू रोज मिलन गए रब को। राती मिलन सो हंस रात नू नहीं जागया चौथे पैर हजारां लंबे शिव सलायन छड़ के करंगी लगा हंस। पांच मिनट तो वध नहीं लांगे जी ये हुण चलेगा दो तीन हफ्ते अमृत वेले जा के ना। पर इत्थों विच्चों कोई बीबियां उठदियां ना जदों सवा सात दे लागे वो थोड़ा हिलजुल हो जाए। मैं तां बोलिया भी पांच मिनट सारे इंजी टिके रहे हो क्योंकि लाइव प्रोग्राम जा रहा हुंदा। अगले वीरवार पूरा यतन करांगे होर दस पंद्रह मिनट पहले बैठी गलती साड़ी भी है। आंदे 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 लेट हो जाइए उधर भी संगत ही होंगी जड़े आए होंगे कोई बाहरों ते पांच मिनट इंजी देना भी एक अदा मैं बचन हाजरी लग जाए सौ लामे देने के मैनू इत्थे वजे सारिया नू वजे। राती मिलन सो हंस जे तू पिछले पैर नहीं जा गया हजारां लांबे तेरे कट्ठे होई जाणगे सिर्फ सलैण छड़ के करंगी लगा हां सतगुर बचन मारे सतगुर बचन दसवें पातशाह दा ये बचन चौथा अमृत वेले जागना इहदे बारे गुरु नानक साहब की कहंदे। भाई मनी सिंह दी टकसाल जी दियां मैं किताबां पढ़ियां प्रिंसीपल सुखबीर सिंह दियां उन्होंने इस पौड़ी नूं सिद्धां नाल सवाल जवाब लिखे है। साचा साहिब साच नाए भाखिया पौ पा ऐ पौड़ी नूं ਮੈਨੂੰ ਲਫਜ਼ ਬੜੇ ਵਧੀਆ ਲੱਗੇ ਮੈਂ ਬੋਲਣ ਲੱਗਾ ਜੀ ਵੀ ਸਿੱਧ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਆ ਉਹ ਲਫਜ਼ ਸੁਣਿਓ ਸਰਵ ਸ਼ਕਤੀਮਾਨ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਚਲਾ ਰਿਹਾ ਇਹ ਸਿੱਧ ਕਹਿੰਦੇ ਆ। ਸਰਵ ਸ਼ਕਤੀਮਾਨ ਦੇ ਦਰਸ਼ਨ ਹੋ ਜਾਣ ਕਿਹੜੀ ਭੇਟਾ ਰੱਖੀ ਹੈ सिद्धां दा प्रश्न है। सर्व शक्तिमान दे दर्शन हो जाण केड़ी भेटा रखी है ऐ जड़ी पौड़ी है ना जपजी साहब दी साचा साहब साच नाए ये बहुत राइटर ने लिखा भी सिद्धां दा प्रश्न सी इहदे विच ही ते गुरु नानक साहब दा जवाब सी। पहले प्रश्न सुन लो साचा साहब साच नाए ਪਾਖਿਆ ਆਖ ਮੰਗੇ ਤੇ ਪ੍ਰਸ਼ਨ ਹੈ ਸਿੱਧਾਂ ਦਾ ਫੇਰ ਕੇ ਅੱਗੇ ਰੱਖੀਏ ਜਿਤ ਤੇ ਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ओ जित सुन तरे प्यार। ये प्रश्न है जी इथों तक फिर के कई की बोल जाते फिर की अगे की नहीं के फिर के अगे रखिए जित दिसे दरबार ओ सर्व शक्तिमान दे दर्शन हो जाण केड़ी भेटा रखी मोह के की नहीं कहना कई कई बोल जाते मोह की बोलन बोलीए मोह के बोलन बोलीए की नहीं के जित सुन धरे सर्व शक्तिमान दर्शन भी देवे प्यार भी करे। देखो ये अमृत वेला एड्डी वड्डी दात है गुरु नानक साहब ने सिद्धा नूं की जवाब दिता सर्व शक्तिमान दे दर्शन ते सर्व शक्तिमान दा प्यार किवें मिलदा है
अमृत वेला सतगुरु नाम वडियाई विचार अमृत वेला सच नाम वडियाई विचार करमी आवे वाहगुरु 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 वाह सारे वही गुरु गुरु वही गुरु गुरु जी वाहे गुरु वाहे गुरु वाहे गुरु दूजे पातशाह का बचन सुन लियो मेरी बड़ी बैटरी चार्ज हुई जेडे नहाण तो डरते हो सुन लो जरा आखो साध जेडे सवेरे सवेरे पानी पाण तो होंदा ना डर जा लगता वैसे तो चलो अंदर का प्यार चाहिए शरीरक मजबूरी होवे कोई नहीं एक तेनू ਇਹ ਸਿੱਧਾਂ ਦੇ ਪ੍ਰਸ਼ਨ ਸੀ ਸਾਚਾ ਸਾਹਿਬ ਸਾਚ ਨਾ ਇਹ ਭਾਖਿਆ ਭਾਓ ਪਾਰ ਅੱਖਾਂ ਮੰਗੇ ਦੇ ਦਾਤ ਕਰੇ ਦਾ ਤਾਰ ਫਿਰ ਕਹਿ ਅੱਗੇ ਰੱਖੀਏ ਜੇ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਸੋਂ ਬਾਬਾ ਜੀ ਨੇ ਜਵਾਬ ਦਿੱਤਾ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਕਰਮੀ ਆਵੇ ਕੱਪੜਾ ਕੱਪੜਾ ਦਾ ਅਰਥ ਬਖਸ਼ਿਸ਼ ਆਹ ਜਿਹੜੇ ਕਰਮ ਲਿਖੇ ਨਾ ਰੱਬ ਨੇ ਇਹਦੇ 'ਚ ਲੇਖਾਂ ਦੀ ਜਗ੍ਹਾ ਬਖਸ਼ਿਸ਼ ਆ ਜਾਏਗੀ ਕਰਮੀ ਆਵੇ ਕੱਪੜਾ ਕੱਪੜੇ ਦਾ ਅਰਥ ਬਖਸ਼ਿਸ਼ ਤੇਰੇ ਕਰਮਾਂ ਵਿੱਚ ਲੇਖ ਨੇ ਨਾ ਦੁੱਖ ਹਾਲੇ ਉਹਦੀ ਜਗ੍ਹਾ ਬਖਸ਼ਿਸ਼ ਆ ਜਾਏਗੀ ਨਦਰੀ ਮੋਖ ਦੁਆਰ ਅਸਲੀ ਮੋਖ ਦੁਆਰ ਉਹਦੀ ਨਜ਼ਰ ਨਾਲ ਨਾਨਕ ਇੱਥੇ ਐਵੇਂ ਨਹੀਂ ਕਹਿਣਾ ਐਵੇਂ ਈੜੀ ਹੈ ਨਾਨਕ ਐਵੇਂ ਇਸ ਤਰ੍ਹਾਂ ਅੰਮ੍ਰਿਤ ਵੇਲੇ ਜਾ ਕੇ ਜਾਣੀਏ ਸਭ ਆਪੇ ਹੁਣ ਇੱਕ ਗੁਰੂ ਅੰਗਦ ਸਾਹਿਬ ਦਾ ਬਚਨ ਸੁਣ ਲਿਓ ਜੀ ਫਿਰ ਆਪਾਂ ਸਮਾਪਤੀ ਆ ਲਾਂ ਜੀ ਅੰਮ੍ਰਿਤ ਵੇਲੇ ਬਾਰੇ ਗੁਰੂ ਅੰਗਦ ਸਾਹਿਬ ਦਾ ਬਚਨ ਚੌਥੇ ਪੈਰ ਸਵਾਹ ਕੇ ਚੌਥੇ ਪੈਰ ਫਿਰ ਆ ਗਿਆ ਜੀ ਤਿੰਨ ਤੋਂ ਛੇ ਚੌਥੇ ਪੈਰ ਸਵਾਹੇ ਕੇ ਮੈਂ ਇਹਦੇ ਬੜੇ ਅਰਥ ਲੱਭੇ ਸਵਾਹੇ ਕੀ ਅਰਥ ਹੈ ਸਵਾਹੇ ਦਾ ਅਰਥ ਸੁਬਾਹ ਸਵੇਰ ਸੁਬਾਹ ਸਵਾਹੇ ਕੇ ਸਵਾਹੇ ਸੁਬਾਹ ਚੌਥੇ ਪੈਰ ਸਵਾਹੇ ਕੇ ਸੁਰਤਿਆਂ ਉਪਜੇ ਚਾਓ ਕਹਿੰਦੇ ਤੇਰੀ ਜਿਹੜੀ ਸੁਰਤ ਹੈ ਨਾ ਇਹਦੇ ਅੰਦਰ ਚਾਓ ਪੈਦਾ ਹੋਏਗਾ ਆਖੋ ਸਾਧਨਾ ਜਿਹੜਾ ਸਵੇਰ ਦੇ ਚੌਥੇ ਪੈਰ ਜਾਗਦਾ ਹੈ ਗੁਰੂ ਅੰਗਦ ਦੇਵ ਜੀ ਚੌਥੇ ਪੈਰ ਸਵਾਹ ਕੇ ਸੁਰਤਿਆਂ ਉਪਜੇ ਚਾਓ ਤਿੰਨਾਂ ਦਰਿਆਵਾਂ ਸਿਓਂ ਦੋਸਤੀ ਇਹਦੇ ਦੋ ਤਿੰਨ ਅਰਥ ਹੈ ਜੀ ਦਰਿਆਵਾਂ ਦਾ ਅਰਥ ਪਾਣੀ ਦਰਿਆਵਾਂ ਉਹ ਦਰਿਆ ਹੁੰਦੇ ਸੀ ਦਰਿਆਵਾਂ ਦਾ ਅਰਥ ਪਰਮੇਸ਼ਰ ਜੀ ਰੱਬ ਮੈਨੂੰ ਕਿਉਂਕਿ ਗੁਰਬਾਣੀ ਦੇ ਅਰਥ ਜਿਹੜੇ ਆ ਜੀ ਉਹ ਜਿਹੜਾ ਜਿੰਨੀ ਡੂੰਘੀ ਚੁੱਭੀ ਮਾਰੇਗਾ ਮਿਲਣ ਇੱਕ ਰਾਈਟਰ ਨੇ ਅਰਥ ਕੀਤੇ
कई बार बंदा उठ पैंदा कहिंदा हुण नहावा बड़ा औखा है हुण पिंडे पानी पावां कहिंदे जिवें तेरा दोस्त कोलों मन नहीं अकदा किसी भैण दा सहेली कोलों मन नहीं अकदा ते कहिंदे अमृत वेले नहाण वेले तेरा डर दूर हो जाएगा इंज समझ लै ये पानी मेरा दोस्त है आखो साधना दरियावां नाल दोस्ती पा लै जकारा गज के बुलाया गया गल मैनू बड़ी वधिया लगी जेड़े पानी तो डर लगता है ओनू दोस्त बना ला भी मैं गुसलखाने च नहीं जाना बाथरूम च नहीं जाना अपने दोस्त नू मिलन जाना आखो साथना दोस्त नू चौथे पैर सवाए के सवेर दे चौथे पैर आए सुरतियां उपजे चाओ तेना दरियावां स्यों दोस्ती और कित्थे बह के पानी उचार दे पिता जी बैटरी चार्ज कर दें मेरी बड़ी हुई जी मैं 10-12 मिनट यही सोचता रहा वाकई कई बारी बंदा कहिंदा नहाना बड़ा औखा है नहाना बड़ा औखा है महाराज कहिंदे पानी नू दरियावां नू दोस्त बना लै नहाण नहीं चलिया दोस्त नू मिलन चलिया आखो साधना इहदा दूजा अर्थ है भी है तिना दरियावां दरियावां दा अर्थ ओ परमेश्वर दरिया प्रभु दरिया तिना दरियावां स्यों दोस्ती मन मुख साचा नाम इत्थे मनमुख दा अर्थ मनमुख नहीं करना मन वखरा मुख वखरा कहिंदे जिहड़े अमृत वेले चौथे पैर जाग के पाणी नाल दोस्ती पा के पिंडे ते पा के बस्तर पा के चौंकड़ा मारदे उहनां दे मन विच वी सच्चा नाम चलेगा मुख विच वी सच्चा नाम चलेगा किन्ना मन मुख साचा नाम दसरिया का इत्थे मन ते मुख वखरा वखरा पढ़ना नहीं ते मन मुखरत हो जाएगा तिना दरियावां स्यों दोस्ती मन विश्राम मुख मन विच वी ते मुख विच वी सच्चा नाम चल पे ते हुण तीजे पातशाह दा बचन चौथे पातशाह दा पंजवें पातशाह दा ये अगले वीरवार करांगे एक गल कह दें अमृत वेले जागना ये चौथा बचन हो रहा है भाई मरदाना जी नूं जदों गुरु नानक साहब ने नाल तोरिया मेरे नाल चलना ही कहिंदे हाँ जी आ एक ध्यान रखियो तीन शर्तां रखियां मरदाना जी जे मेरे नाल चलना है ते केस नहीं कटाउणे हर आए साधु संत महात्मा लई सत्कार रखना है आखो सतनाम सत्कार रखना अतिथि लफज भी आया हर अतिथि साधु संत महात्मा है जेड़ा सवैया आंदा ना जी गावे कपलाद एदी मां गर्भवती सी ये सवैया च ना आया कपलाद उदों पेट च सी एक कपलाद मां दे गुरु नानक साहब दे चरण पए इन्हां दे ओ जगह ते गुरु नानक साहब ने इहदी माता नूं इह पेट च सी उपदेश दित्ता सी पिछले पैर जागण दा एक पैर दिने सत्संग च बिताउण दा 3 घंटे अगला मैनूं बड़ा प्यारा लगा सी गावे कपलाद ही है ना सवैया ना आया गावे कपलाद बोल दे माइक गावे कपलाद ए सवैया ना आया गावे सुर अपरंपर
अवतार वरो। जेड़ी कुटी है जी माता सी उत्थे गुरु नानक साहब के चरण पे ते सारे रिखी कहिंदे सी भविखत पुराण च लिखिया सी तुसी आउणा आको सतना हां असी उड़ीक रहे सा भविखत पुराण च। उदों इहदी माता नूं महाराज ने कहा भी पिछले पैर जागना ए जिहदा नां है कपलाद भगत होया ये अजे पेट च सी गर्भ च सी कृपा गुरु नानक साहब की होई सी। दूजा इहदी माता नूं कहा सी दिने एक पैर सत्संग च बिताउणा एक भजन मैनू भुल गया चौथा मैनू याद है। चौथा महाराज ने कहा गुरु नानक साहब ने इहदी माता नूं तेरी कुटिया विच्चों कोई महापुरश कोई संत महात्मा की पशु पंछी परिंदा भी खाली ना जावे। आए साडा इतिहास जगारा दिओ प्यार दे आ है साडा इतिहास। इन्हें फिर डूंगे पानी दे डूंगे जो उस वेले पंछी छकदे चावल या कुछ होर इतना का सिस्टम यदि माता ने बनाया भी मैं गुरु नानक का भजन मनना है। गुरु नानक साहब ने कहा भी तेरी कुटिया चो कोई संत महात्मा महापुरश इतों तक पशु पंछी परिंदा भी खाली ना जाए यदा सदका तेरे घर एहो जी रूह आएगी जिदे राही कई उधार हो आखो सतना। वो एक पलाद जिदा सोइया च ना आया जी जिन्हें माई पाई बैठे भाई मरदाना जी ने दूजा वचन यह किया के पहला केस नहीं कटाने दूजा साधु संत महात्मा तिथि हर कली सेवा भावना रखनी तीजा वचन सी मरदाना जी मेरे नाल जुड़ तुरना ते तीजा वचन अमृत वेला नहीं खुंझाउणा आखो सतना। ये हुण इस तरह ही गुरु अमरदास जी दे वचन गुरु रामदास जी दे पंजवें पातशाह दे अमृत वेले बारे एक मिनट आप जी कृपा करो जी अज दे प्रोग्राम अमृतपाल सिंह हुण एक दो मिनट मैं दुनियावी चलिया जी मनप्रीत कौर ते प्यारे भाजी दे जवाई बेटा ते बेटी गुलशन कौर जी रविंदर सिंह प्यारे जी दे अमृतपाल सिंह मनप्रीत कौर दे परिवार वालों सारा समागम हो रहा है। आप जी ने सीसा देनी है जी एक जरूरी अनाउंसमेंट है अज किन्नी तरीक है जी 26 कल 27 मैं सौखा बोलदा 28 तरीक 2 to 6 चौंकड़ा मारना छोटी शहीदा बाजार लोहारा गुरुद्वारा सत्संग सभा बाबा दीप सिंह जी 29 तरीक भलाई केंद्र चौंकड़े मारने हैं वो प्रोग्राम का नाम रखे बाल फुलवाड़ी 2 to 6 बच्चे ही जोड़िया की सेवा करे बच्चे ही पानी की छबील से बच्चे ही लंगर बच्चे ही अरदास बच्चे ही हुक्मनामा बच्चे ही कीर्तन बच्चे ही स्टेट सैकटरी ये सारे ने पहुँचना बच्चों लैके इस पास बच्चे बैठने उधर सारी संगत बैठेगी। अगे आ जाओ 30 तरीक 30 तरीक वो प्रोग्राम का नाम रखे है सो क्यों मंदा आखीए जित जमे राजान ये तुहाडा सालाना प्रोग्राम है 36वां सारे 28 बोली मैं 29 हूँ 30 तरीक वो भी 2 to 6 उहदे विच 30 तरीक के प्रोग्राम बीबियां कीर्तन करनगियां बीबियां अनाउंसमेंट बीबियां हुक्मनामा अरदास जोड़ियां की सेवा सारी वो सारा प्रोग्राम सो क्यों मंदा आखीए जित जमे राजा ते जेड़ा 30 तरीक का प्रोग्राम है जिहदे घर 3 लड़कियां उन्हां नूं विशेष सन्मान ते कुछ हाजरी भी लाई जाएगी भई उन्होंने लड़की का सत्कार किया। जेड़ा प्रोग्राम 30 तरीक दा उहदे च 7-8 मिनट की आइटम होएगी जेड़ियां बीबियां उच्चे अहुदे ते पहुंचियां भावें धार्मिक खेत्र च दूजे खेत्र च उन्हां दा विशेष अवार्ड ते 30 तरीक नूं तुहाडे अमृतसर की एक बच्ची है वो पायलट बनी जी जहाज चलाती है जहाज उड़ाती है वह भी पहले छुट्टी नहीं सी मिल रही तो अज वह फोन आया भी छुट्टी मेरी अपरूवड हो गई क्योंकि जोड़ा पायलट हो बच्ची जी 23 साल की वह भी पायलट है वह भी पायलट
ਇਹ 30 ਤਰੀਕ ਦੇ ਪ੍ਰੋਗਰਾਮ, ਮਤਲਬ 7-8 ਮਿੰਟ ਦਾ ਇਹ ਪ੍ਰੋਗਰਾਮ ਹੋਏਗਾ। ਤੇ ਮੈਂ ਉਹਨੂੰ ਫੋਨ ਤੇ ਪੁੱਛਿਆ, ਮੈਂ ਕਿਹਾ ਤੇਰੀ ਬੱਚੀ 23-24 ਸਾਲ ਦੀ ਜਹਾਜ਼ ਉਡਾ ਲੈਂਦੀ ਕਿ ਸਿੱਖਦੀ ਪਈ ਹੈ? ਕਹਿੰਦੀ ਜਹਾਜ਼ ਵੀ ਉਡਾ ਲੈਂਦੀ ਤੇ ਵੱਡਾ ਜਹਾਜ਼ ਉਡਾਉਂਦੀ ਹੈ। ਮੈਂ ਕਿਹਾ ਤੇਰਾ ਭਲਾ ਹੋ ਜੇ, ਇੱਕ ਛੋਟੇ ਜਹਾਜ਼ ਹੁੰਦੇ ਇੱਕ ਵੱਡਾ ਹੁੰਦਾ ਜੀ। ਬੜੀ ਹਿੰਮਤ ਹੈ, ਔਰ ਇਹ ਸਾਰੀ ਉਹ ਪਰਿਵਾਰ 'ਤੇ ਕਿਰਪਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਬਾਬਾ ਖੇਮ ਸਿੰਘ ਜੀ ਦੀ। ਬਾਬਾ ਖੇਮ ਸਿੰਘ ਜੀ ਉਹਨਾਂ ਨੂੰ ਵਚਨ ਕੀਤਾ ਸੀ ਬਈ ਜਪਜੀਤ ਸਾਹਿਬ ਦਾ ਪਾਠ ਕਰਕੇ ਜਹਾਜ਼ ਚਲਾਉਣਾ, ਅਤੇ ਜਦੋਂ ਜਹਾਜ਼ ਇੰਝ ਰਨਵੇ 'ਤੇ ਪਵੇ, ਬਾਬਾ ਖੇਮ ਸਿੰਘ ਨੇ ਕਿਹਾ ਜੀ 5 ਵਾਰੀ ਕਹਿਣਾ ਧੰਨ ਗੁਰੂ ਨਾਨਕ। ਉਹ ਕਿਰਪਾ ਕੰਮ ਕਰ ਰਹੀ ਹੈ, ਉਹਦੀ ਬੇਟੀ ਵੀ ਪਾਇਲਟ ਬਣੀ ਹੈ, ਉਹ ਆਪ ਵੀ ਪਾਇਲਟ, ਇਹ 30 ਤਰੀਕ ਨੂੰ ਉਹਨਾਂ ਦਾ ਵੀ। ਇਹ ਭੈਣ ਜੀ ਪਾਲ ਕੌਰ ਦੇ ਉਪਰਾਲੇ ਨਾਲ ਸਿੰਗਲਵਾੜੇ ਤੋਂ ਭੈਣ ਜੀ ਇੰਦਰਜੀਤ ਕੌਰ, ਉਹ ਵੀ ਉਹਨਾਂ ਦਾ ਵੀ ਵਾਰਡ ਦਿੱਤਾ ਜਾ ਰਿਹਾ ਉਸ ਸਮਾਗਮ ਦੇ ਵਿੱਚ ਜਿਹੜਾ 30 ਤਰੀਕ ਨੂੰ ਹੋਏਗਾ। 1 ਤਰੀਕ ਰਾਤ ਦਾ ਪ੍ਰੋਗਰਾਮ ਅਤੇ 2 ਤਰੀਕ ਬੱਚੀਆਂ ਦੇ ਵਿਆਹ ਅਤੇ ਕਵੀ ਦਰਬਾਰ ਸੁਮਨੀ ਸਾਹਿਬ ਦੇ ਪਾਠ। ਇਹ ਸਾਰਿਆਂ ਨੇ ਕਿਰਪਾ ਕਰਨੀ ਜੀ, ਅਤੇ ਮੇਰੀ ਬੇਨਤੀ ਬਾਹਰੋਂ ਇਸ਼ਤਿਹਾਰ ਲੈ ਜਾਣਾ, ਮੈਂ ਮੋਟਾ ਮੋਟਾ ਬੋਲਿਆ, ਤੁਸੀਂ ਫਿਰ 28 ਤੋਂ 2 ਤਰੀਕ ਕੋਈ ਰੁਝੇਵਾਂ ਨਹੀਂ ਰੱਖਣਾ, ਸਾਰਾ ਇੱਥੇ ਆ ਕੇ ਨਾਲ ਪ੍ਰੋਗਰਾਮ ਅਟੈਂਡ ਕਰਨਾ, ਰੌਣਕ ਵਧਾਉਣੀ ਹੈ, ਲਾਹਾ ਲੈਣਾ। ਇੱਕ ਸਾਡੇ ਬਾਬਾ ਭਾਈ ਸ਼ਾਲੋ ਜੀ ਦਾ ਜਨਮ ਉਤਸਵ 30 ਤਰੀਕ ਹੈ, ਜਿਹੜਾ ਕਿ ਬਾਬਾ ਭਾਈ ਸ਼ਾਲੋ ਜੀ ਦੇ ਟੋਬੇ ਮਨਾਇਆ ਜਾ ਰਿਹਾ। 12 ਤੋਂ 1 10 ਦੀ ਹਾਜ਼ਰੀ ਹੈ, ਟੋਟਲ ਪ੍ਰੋਗਰਾਮ 9 ਤੋਂ 7 ਵਜੇ ਤੱਕ ਚੱਲਣਾ। ਉੱਥੇ ਵੀ ਸਾਰੀਆਂ ਸੰਗਤਾਂ ਹਾਜ਼ਰੀ ਭਰਿਓ ਅਤੇ ਲਾਹਾ ਲਿਓ ਜੀ। ਇੱਕ ਅਨਾਊਂਸਮੈਂਟ ਹੋਰ ਕਰਕੇ ਫਿਰ ਆਪਾਂ ਸ਼ਬਦ ਲਾ ਰਹੇ ਜੀ। ਕੀਰਤਨੀ ਜਥਿਆਂ ਦੀਆਂ ਸੇਵਾ ਅਨਾਊਂਸ ਕਰਦੇ ਹਾਂ। ਉਸ ਤਰ੍ਹਾਂ ਜਿਹੜੀ ਕੱਲ੍ਹ ਮੀਟਿੰਗ ਹੋਈ ਹੈ, ਸਾਰਿਆਂ ਦੀਆਂ ਸੇਵਾ ਲਿਖਾਈਆਂ ਨੇ ਸਾਰਿਆਂ ਨੇ। ਕੀਰਤਨੀਆਂ ਦੀ ਸੇਵਾ, ਦਾਸ ਦੇ ਸੈਡ ਵਾਜੇ 'ਤੇ ਬੈਠੇ ਗੁਰਦੀਪ ਸਿੰਘ ਜੀ, 11,000 ਕੀਰਤਨ ਸੇਵਾ। ਜਸਵਿੰਦਰ ਸਿੰਘ ਜੀ ਜਿਹੜੇ ਅਨਾਊਂਸਮੈਂਟ ਕਰਦੇ, 33,000 ਕੀਰਤਨ ਸੇਵਾ, ਪ੍ਰੇਰਣਾ ਸੇਵਾ। ਭਾਈ ਅਮਨਦੀਪ ਸਿੰਘ ਜੀ 1.5 ਲੱਖ ਕੀਰਤਨ ਸੇਵਾ। ਭਾਈ ਤੇਜਪਾਲ ਸਿੰਘ ਜੀ ਮੇਰੇ ਮਗਰ ਬੈਠੇ ਨੇ, 1,06,000 ਪ੍ਰੇਰਣਾ ਸੇਵਾ। ਭਾਈ ਲਿਟਲ ਮਾਸਟਰ ਜੀ 56,000 ਕੀਰਤਨ ਸੇਵਾ। ਇਕੱਠਾ ਜਕਾਰਾ ਬੁਲਾ ਦਿਓ ਉਹਨਾਂ ਸਾਰਿਆਂ ਦਾ ਜੀ। ਹਾਂ, ਇੱਕ ਜਿਹੜੀ ਸਿਵਲ ਲਾਈਨ ਦੀ ਸੰਗਤ ਆ, ਵੀਰਵਾਰ ਦੀ ਡਿਊਟੀ ਲਾਈ ਹੋਈ ਹੈ, ਸੀਮਟ ਦਾ ਸਟਾਲ ਥੱਲੇ ਲੱਗਾ, ਅਤੇ ਉਹ ਜਿਨ੍ਹਾਂ ਨੇ ਵੀ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਜਿੱਥੇ 25 ਕਰੋੜ ਦੀ ਲਾਗਤ ਨਾਲ ਵੱਡਾ ਹਾਲ ਤਿਆਰ ਹੋ ਰਿਹਾ, ਜਿੱਥੇ 25,000 ਬੰਦਾ ਕੀਰਤਨ ਕਥਾ ਸੁਣ ਸਕੇਗਾ, ਉਹਦੇ ਵਿੱਚ ਸੀਮਟ ਦੀਆਂ ਡਿਊਟੀਆਂ ਇੱਧਰ ਦੀਆਂ ਸੰਗਤਾਂ ਦੀਆਂ ਲਾਈਆਂ, ਅਤੇ ਕਿਰਪਾ ਕਰਿਓ ਜਿਨ੍ਹਾਂ ਨੇ ਲਿਖਾਣੀ ਹੋਵੇ ਥੱਲੇ ਸਟਾਲ ਲੱਗਾ। ਇਹ ਚਿੱਪ 4 ਵਾਰੀ ਵਾਹਿਗੁਰੂ, 2 ਵਾਰੀ ਧੰਨ ਗੁਰੂ ਨਾਨਕ, ਇਹ ਵੀ ਬਾਹਰ ਸਟਾਲ ਲੱਗਾ, ਪੈਨ ਡਰਾਈਵ ਦਾ ਵੀ ਲਾਭ ਲੈ ਸਕਦੇ ਹੋ। ਸਾਰੇ ਸੰਗਤਾਂ ਦਾ ਧੰਨਵਾਦ। ਹੁਣ ਇੱਕ ਵਾਰੀ ਸਾਰੇ ਪੰਕਤੀ ਪੜਿਓ ਪਿਆਰ ਦੇ ਨਾਲ ਜੀ। ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਗੁਣ ਨਿਸਤਾਰੇ, ਨਿਰਗੁਣ ਨਿਸਤਾਰੇ, ਆਏ ਆਏ ਨਿਰਗੁਣ ਨਿਸਤਾਰੇ, ਆਏ 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 ਨਿਰਗੁਣ ਨਿਸਤਾਰੇ, ਸਤਿਗੁਰ ਵਚਨ ਤੁਮਾਰੇ, ਸਤਿਗੁਰ ਵਚਨ ਤੁਮਾਰੇ, ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ, ਬੋਲੇ ਸੋਨੇ ਗਾ
ਆਪਣੀ ਹਾਜ਼ਰੀ ਪ੍ਰਵਾਨ ਕਰਿਓ ਜੀ। ਅੱਜ ਦੇ ਸਬਜੈਕਟ ਜਿਹੜਾ ਸ਼ੁਰੂ ਹੋਇਆ ਚੰਦ ਸਰੀਰਾਂ ਦਾ ਵੀ ਅੰਮ੍ਰਿਤ ਵੇਲਾ ਬਣ ਗਿਆ ਅਤੇ ਇਹ ਗੁਰੂ ਗੋਬਿੰਦ ਸਿੰਘ ਸਾਡੇ 'ਤੇ ਤਰਸ ਕਰਨਗੇ, ਸਾਡੇ 'ਤੇ ਵੀ ਕਿਰਪਾ ਹੋਏ ਅਤੇ ਦਸਮੇਸ਼ ਵੀਡੀਓ ਦਾ ਵੀ ਧੰਨਵਾਦ, ਮਨੂ ਭਾਜੀ ਸਿਫਸਲਾ .net ਦਾ ਵੀ ਧੰਨਵਾਦ, ਆਪਣਾ ਬਾਣੀ .net ਦਾ ਵੀ ਧੰਨਵਾਦ। ਅਤੇ ਵਿੱਕੀ ਸਾਊਂਡ ਦਾ ਵੀ ਧੰਨਵਾਦ, ਪ੍ਰਦੀਪ ਕੁਮਾਰ ਜੀ ਜਿਨ੍ਹਾਂ ਕੈਸੀਓ ਦੀ ਸੇਵਾ ਨਿਭਾਈ ਉਹਨਾਂ ਦਾ ਵੀ, ਹਾਲ ਦੀ ਸਕਿਉਰਟੀ ਥੱਲੇ ਸਕਿਉਰਟੀ ਉਹਨਾਂ ਦਾ ਵੀ ਸ਼ੁਕਰਾਨੇ ਜਿਨ੍ਹਾਂ ਨੇ ਪਿਆਰ ਦੇ ਨਾਲ ਸਾਰੀਆਂ ਸੇਵਾ ਨਿਭਾਈਆਂ। ਹੁਣ ਭਾਈ ਜਸਵਿੰਦਰ ਸਿੰਘ ਜੀ ਪਾਸੋਂ ਅਗਲੇ ਕੁਝ ਵੇਰਵੇ, ਇੱਕ ਸਾਡਾ ਵੀਰ ਅਮਰਦਪਾਲ ਸਿੰਘ ਮਨਪ੍ਰੀਤ ਕੌਰ, ਜਿਵੇਂ ਜਸਵਿੰਦਰ ਭਾਜੀ ਨੇ ਦੱਸਿਆ ਵਿਆਹ ਦੀ ਐਨਵਰਸਰੀ ਵੀ ਅਤੇ ਬੇਟੀ ਦਾ ਜਨਮ ਦਿਨ, ਆ ਬੇਟੇ ਦਾ ਜਨਮ ਦਿਨ, ਭੁਜੰਗੀ ਦਾ, ਸ਼ੁਕਰਾਨਾ, ਦੋ ਬੱਚੇ, ਬੇਟੀ ਦਾ ਜਨਮ ਦਿਨ ਅਤੇ ਭੁਜੰਗੀ ਦਾ ਸ਼ੁਕਰਾਨਾ, ਇਹ ਸਾਰੇ ਪਰਿਵਾਰ ਦਾ ਸਤਿਕਾਰ ਕੀਤਾ ਜਾਏਗਾ। ਇਹ ਪਰਿਵਾਰ ਵੱਲੋਂ ਅੰਮ੍ਰਿਤਪਾਲ ਸਿੰਘ ਜੀ ਦੇ ਆਪ ਜੀ ਨੂੰ ਰੋਮ ਰੋਮ ਰਾਹੀਂ ਜੀ ਆਇਆਂ ਨੂੰ ਇੱਕ ਇੱਕ ਕਦਮ ਸਿਰ ਮਸਤਕ 'ਤੇ ਅਰਦਾਸ ਕਰਿਓ। ਸੰਗਤ ਵੱਡੀ ਹੈ, ਸੰਗਤ ਮਹਾਨ ਹੈ, ਪੰਜ ਵਾਰੀ ਵਾਹਿਗੁਰੂ ਕਹਿ ਕੇ ਸੀਸਾਂ ਦੇ ਦਿਓ, ਜਿੱਥੇ ਜਿੱਥੇ ਕਾਰਜ ਚੱਲ ਰਹੇ ਵਾੜ ਲੱਗੀ ਰਹੇ, ਸਤਿਗੁਰੂ ਪੜਦੇ ਕੱਜਣ, ਅੰਗ ਸੰਗ ਸਹਾਈ ਹੋਣ, ਪਰਿਵਾਰ ਤੌਰ 'ਤੇ ਸੰਸਥਾਵਾਂ ਦੇ ਤੌਰ 'ਤੇ ਮੇਰੇ ਸਮੇਤ ਸਾਰਿਆਂ ਦੀ ਬੁੱਧੀ ਸਹੀ ਰੱਖਣ, ਸੰਗਤ ਸੀਸ ਦੇ ਦਿਓ ਜੀ ਪਿਆਰ ਨਾਲ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 52 ਬਚਨ ਦਾ ਪ੍ਰਕਰਨ ਚੱਲ ਰਿਹਾ ਹੈ। ਅੱਜ ਦੇ ਪ੍ਰਕਰਨ ਦੇ ਵਿੱਚ ਗੁਰਮੁਖਾਂ ਪਿਆਰਿਆਂ ਵੱਲੋਂ ਇੱਕ ਅਹਿਮ ਜੋ ਹਰ ਲਈ ਜ਼ਰੂਰੀ ਹੈ, ਅੰਮ੍ਰਿਤ ਵੇਲਾ। ਸਤਿਗੁਰੂ ਜੀ ਕਿਰਪਾ ਕਰਨ, ਵਾਹਿਗੁਰੂ ਮਿਹਰ ਕਰੇ, ਇਹ ਉਹ ਹੀਰਿਆਂ ਦਾ ਵਪਾਰ ਹੈ ਜਿਹੜਾ ਵਿਰਲਿਆਂ ਦੀ ਝੋਲੀ 'ਚ ਪੈਂਦਾ ਹੈ। ਔਰ ਅਰਦਾਸ ਕਰਿਓ ਉਹਨਾਂ ਵਿਰਲਿਆਂ 'ਚ ਅਸੀਂ ਸਾਰੇ ਆ ਜਾਈਏ। ਸਤਿਗੁਰੂ ਜੀ ਦਾ ਵੀ ਬਚਨ ਹੀ ਹੈ, ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਭਾਵ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ, ਸਿਮਰਨ 'ਚ ਜੁੜ ਜਾ। ਕੀ ਮਿਲੇਗਾ? ਮਨ ਤਨ ਭਏ ਅਰੋਗਾ। ਤੇਰੇ ਮਨ ਦੀਆਂ ਕਲਪਨਾਵਾਂ ਵੀ ਆ, ਤੇਰੇ ਤਨ ਦੇ ਦੁੱਖ ਵੀ, ਕਹਿੰਦੇ ਉਹ ਤਾਂ ਅਰੋਗ ਹੋਣਗੇ। ਫਿਰ ਬੜੀ ਵੱਡੀ ਮੋਹਰ ਲਾਈ, ਜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬੈਠ ਗਏ ਹੋ, ਫਿਰ ਬੜੀ ਵੱਡੀ ਮੋਹਰ ਲਾਤੀ, ਕਹਿੰਦੇ ਕੋਟ ਬਿਘਨ, ਇੱਕ ਨਹੀਂ, ਦੋ ਨਹੀਂ, ਸੌ ਨਹੀਂ, ਹਜ਼ਾਰ ਨਹੀਂ, ਲੱਖ ਨਹੀਂ, ਕਹਿੰਦੇ ਕਰੋੜਾਂ ਵੀ ਵਿਘਨ ਕਿਉਂ ਨਾ ਜ਼ਿੰਦਗੀ 'ਚ ਆਉਂਦੇ ਹੋਣ। ਕੋਟ ਬਿਘਨ ਲਾਥੇ, ਕਦੋਂ? ਪ੍ਰਭ ਸਰਣਾ, ਜਦੋਂ ਤੂੰ ਉਹਦੀ ਸਰਨ 'ਚ ਆ ਗਿਆ ਅੰਮ੍ਰਿਤ ਵੇਲੇ ਉੱਠ ਕੇ। ਅਤੇ ਪ੍ਰਗਟੇ ਭਲੇ ਸੰਜੋਗਾ, ਕਹਿੰਦੇ ਮਾੜੇ ਕਰਮ ਵੀ ਉਹ ਮਿਟਾ ਸਕਦਾ ਏ। ਉਸ ਵਡਿਆਈ ਨੂੰ ਲੈ ਕੇ ਅੰਮ੍ਰਿਤ ਵੇਲੇ ਦੀ ਨੂੰ ਅੱਜ ਗੁਰਮੁਖਾਂ ਪਿਆਰਿਆਂ ਨੇ ਸੰਗਤ ਨਾਲ ਸਾਂਝ ਪਾਈਏ, ਆਪਾਂ ਆਪਣੀ ਜ਼ਿੰਦਗੀ 'ਚ ਅਰਦਾਸ ਕਰਕੇ ਢਾਲਣ ਦਾ ਯਤਨ ਕਰੀਏ। ਜੇ ਨਹੀਂ ਉੱਠਦੇ ਤਾਂ ਗੁਰੂ ਦੇ ਚਰਨਾਂ 'ਚ ਬੇਨਤੀ ਕਿ ਸਤਿਗੁਰੂ ਕਿਰਪਾ ਕਰੋ, ਹੁਣ ਤਾਂ ਉਮਰਾਂ ਬੀਤੀ ਜਾ ਰਹੀ ਹੈ, ਆਪਣੀ ਮਿਹਰ ਕਰਕੇ ਹੁਣ ਉਹ ਘੜੀਆਂ ਵੀ ਬਖਸ਼ੋ। ਸਤਿਗੁਰੂ ਦੀ ਮਿਹਰ ਕਰਨ, ਬਹੁਤ ਬਹੁਤ ਸ਼ੁਕਰਾਨਾ ਭਾਈ ਸਾਹਿਬ ਜੀ ਦਾ, ਬੜੇ ਪਿਆਰ ਵਾਲੇ ਬਚਨ ਇਤਿਹਾਸ ਦੇ ਪੱਖ ਤੋਂ ਸੰਗਤਾਂ ਨਾਲ ਸਾਂਝੇ ਕੀਤੇ ਨੇ। ਹੁਣ ਬੇਨਤੀ ਛੋਟੀ ਜਿਹੀ, ਇੱਕ ਮਿੰਟ ਵਾਸਤੇ, ਜਿਹੜੇ ਅੱਜ ਦੇ ਸਮਾਗਮ ਭਾਜੀ ਨੇ ਦੱਸਿਆ ਹੀ ਹੈ, ਅੰਮ੍ਰਿਤਪਾਲ ਸਿੰਘ ਜੀ, ਮਨਪ੍ਰੀਤ ਕੌਰ ਜੀ, ਇੱਕ ਇਹਨਾਂ ਦੀ ਐਨੀਵਰਸਰੀ ਹੈ ਅੱਜ ਹੀ, ਅਤੇ ਇੱਕ ਇਹਨਾਂ ਦੀ ਬੇਟੀ ਦਾ ਜਨਮ ਦਿਨ ਆ, ਉਹ ਵੀ ਅੱਜ। ਇੱਕ ਸਤਿਗੁਰ ਨੇ ਭੁਜੰਗੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਵੀ ਸ਼ੁਕਰਾਨੇ ਵਜੋਂ ਅੱਜ ਦੇ ਕੀਰਤਨ ਦੇ ਸਮਾਗਮ। ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਦਰਸ਼ਨ ਦਿੱਤੇ। ਅਗਲਾ ਸਮਾਗਮ ਜਿਹੜਾ ਹੈ ਉਹ ਸਿਵਲ ਲਾਈਨ 'ਚ ਹੀ ਹੋਏਗਾ, ਸਰਦਾਰ ਗੁਰਿੰਦਰ ਸਿੰਘ ਜੀ, 31A ਰੇ
मैं ना एक बार दोबारा बेनती कर दिया, अमृतपाल सिंह जी, मनप्रीत कौर जी, इन्हां दी बच्ची सिफतप्रीत कौर, प्यारे भाजी आप गुलशन कौर भैन जी, ते भैन जी द्रिगजोत कौर, ते अमनदीप सिंह जी जिहड़े गुरमुख प्यारे इन्हां दे जीजा जी, वह मैं बेनती करांगा आके सतगुर की बख्शिश प्राप्त कर लैन। आ जाओ भाई, तुसी असीस दे जाओ सारे। बोले सोनियाल, बोले सोनियाल, आ जाओ भीर जी गुरमुख। ये सारे की फोटो फिर इकट्ठी कर लेना आप जी। बोले सोनियाल, आ जाओ भाई, सारिया बेनती है। बोले सोनियाल, बोले सोनियाल, बोले सोनियाल। एक हिसार तो गौरव वीर जी आए ने, मैं उन्होंने बेनती करांगा वह भी आके सतगुरु की बख्शी सिरोपा प्राप्त कर लैन। सत श्री अकाल। जिथे गौरव वीर जी ने सतगुरु की कृपा है बच्चे ते, बेनती करांगे वह भी आके महाराज की बख्शिश, सतगुरु की असीस बख्शिश, संगत की असीस लैन की कृपालता करन। होर जिन्नियां संगतां दूरों नेड़ों चल के अज के समागम च हाजरियां लाइया, आप सब का एक एक कदम सिर मस्तक ते। सलाने समागम दे विच बड़े प्यार दे नाल हर पक्षों आप जी ने अपना सहयोग बख्शना है, असीसा बख्शनिया है। सतगुरु जी मेहर करन, सतगुरु कृपा करन। चढ़दी कला एक बारी असीस दे दियो। बोले सोनियाल। सारियां नूं जी आयां नूं परिवार वालों सारिया संगतां दा धन्नवाद जिन्होंने दर्शन दिते। जी आयां नूं जी, आज गौरव भी जी। बोले सोनियाल, सत श्री अकाल। इस तरह ही अगले समागमां दे विच सारिया ने दर्शन भी देने ने, ते आप जिम्मेवारी दे विच सेवावां भी निभाउणियां ने। जिथे जिथे गुरमुखां प्यारे वालों भाई साहब वालों ड्यूटियां लगियां वह भी तन देई नाल निभाउणियां। सतगुरु जी मेहर करन, सारिया कोलों महाराज जी सेवा लैन। शुकराना परिवार वालों बेनती, क्योंकि दो बच्चियों का जन्मदिन तो उन्होंने अपनी एनवर्सरी बच्चों की, एक शब्द भाई साहब जी ने बेनती, पोता माता की असीस है, परिवार की बेनती है आप जी असीस देनी। एक बारी फिर सारी संगत गज के फतेह की सांझ बख्शो जी। वाहेगुरु जी का खालसा, वाहेगुरु जी की फतेह। माता की असीस, माता की असीस, माता की असीस, माता की असीस, पूता माता असीस, माता की असीस, माता की असीस, माता की असीस, माता की असीस। जैसे मरत सब किल विखना से पितरी होए सो हर हर तो सद ही जापो जाकांत न पायो। सतगुर तुमको होए दयाला संग संग तेरी प्रीत, कपड़ पत परमेश्वर राखी भोजन कीर्तन नीत। अमृत पीवो सदा चिर जीवो और सिमरत अनंत अनंता,
रंग तमस पूरण आसा कभी न व्यापे चिंता पवर तुम्हारा ए मन गोवो हर चरना होए कोला नानक दास सुन संग लपटाय जो बूंदे चातिक मौला भूता माता की आसीस निमुख न बिसरो तुमको हर घर निमुख न बिसरो तुमको हर हर सदा बजो जगदीश माता की आसीस भूता माता की आसीस माता की आसीस भूता माता की आसीस वाहे गुरु जीवत 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 रहो राम रसायन नित उठ पीवो हर 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 रसना कहो जीवत 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 रहो सच्चे साहिब क्या नहीं करते सच्चा नाम मेरा यादारो
ਸਚਨਾਮਾ ਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰਤਾਰ ਸੁਖ ਮਨਾਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟ ਤੋਂ ਜੀਤੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋਸ਼ ਅਵਰ ਕਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚਵਤ ਕਰ ਸੁਵਾਗੇ ਕਰ ਸੁਵਾਗੇ ਸ਼ਬਦ ਵਾਜੇ ਕਲਾ ਜਿਨ ਕਰਤਾਰੀਆਂ ਪੰਜ ਦੋਤ ਵਸ ਕੀਤੇ ਕਾਲ ਕੰਟਕ ਮਾਰਿਆ ਧਰਮ ਪਾਇਆ ਤੁਧ ਜਿਨ ਕੋ ਸੇਨਾ ਹਰ ਕੇ ਲਾਗੇ ਨਾਨਕ ਤੈ ਸੁਖ ਹੋ ਆਦਿਤ ਕਰ ਅਨਹਦ ਵਾਜੇ ਸੁਣੋ ਵੜ ਪਾਵੀ ਹੋ ਸਗਲ ਮਨੋਰਥ ਪੂਰੇ ਆਪ ਬ੍ਰਹਮ ਪ੍ਰਪਾਇਆ ਵਾਹਿਗੁਰੂ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕੈ ਦੇਵ ਵਿੱਚ ਸਤਿਗੁਰ ਰਹਿਆ ਪਰ ਪੂਰੇ ਭਗਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਪਵਨ ਗੁਰੂ ਬਾਣੀ ਮਾਤਾ ਤਰਤ ਮਹਤ ਰਾਜਾਈ ਦਾ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੈ ਨੜਕ ਦੂਰ ਜਿਨੀ ਨਾਮ ਧਿਆਇਆ ਪ੍ਰੇਮ ਸੰਕਟ ਕਾਲ ਨਾਨਕ ਦੇ ਮੁਖਿ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਪ੍ਰੇਮ ਸੰਕਟ ਕਾਲ ਨਾਨਕ ਦੇ ਮੁਖਿ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ ਤੇਰੀ ਮੈਂ ਮਾਇਆ ਪਾਰ ਬੋਲੇ ਸੋਨਿਹਾ ਸਤਿ ਸ੍ਰੀ ਅਕਾਲ ਸਾਰੇ ਸੀਸ ਦੇਣਾ ਜੀ ਨਿਭਜੇ ਨਿਭਜੇ ਵਾਹਿਗੁਰੂ ਜੀ ਕਾ ਖਾਲਸਾ ਤੂੰ ਠਾਕਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੂੰ ਮਾਤ ਪਿਤਾ ਹਮ ਸਗਲ ਸਮੱਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ ਸਦਾ ਕੁਰਬਾਨੀ ਸਾਰੀ ਸੰਗਤ ਪਿਆਰ ਚ ਬੋਲੋ ਜੀ ਸ਼੍ਰੀ ਵਾਹਿਗੁਰੂ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਕਰਨੋ ਨਿਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਉਹ ਸਭ ਥਾਈ ਹੋਏ ਜੀ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਸਾਧ ਸੰਗਤ ਬੋਲੋ ਜੀ ਦਸਾਂ ਪਾਤਸ਼ਾਹ ਜੀ ਦੇ ਸਰੂਪ